ਤੁਸੀਂ ਮੈਂ ਹਾਂ ਸੁਮਨ ਜੇਟਲੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਸਿਮਰਨਜੋਤ ਸਿੰਘ ਮੱਕੜ ਦੁਨੀਆ ਦੇਸ਼ ਜਾਂ ਸੂਬਿਆਂ ਨੂੰ ਸਿਰਫ ਕੋਵਿਡ 19 ਨੇ ਹੀ ਨਹੀਂ ਜਕੜਿਆ ਇਸ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਸਿਰਫ ਕਰੋਨਾ ਹੀ ਨਹੀਂ ਆਇਆ ਕਰੋਨਾ ਆਪਣੇ ਨਾਲ ਹੋਰ ਬਹੁਤ ਸਾਰੀਆਂ ਦਿੱਕਤਾਂ ਹੋਰ ਬਹੁਤ ਸਾਰੀਆਂ ਤਕਲੀਫਾਂ ਬਹੁਤ ਸਾਰੇ ਮੁੱਦੇ ਲੈ ਆਇਆ ਚਾਹੇ ਉਹ ਮੁੱਦੇ ਰੋਟੀ ਨੂੰ ਲੈ ਕੇ ਹੋਣ ਚਾਹੇ ਉਹ ਪੈਸੇ ਨੂੰ ਲੈ ਕੇ ਹੋਣ ਚਾਹੇ ਉਹ ਫਾਈਨਾਂਸਿਸ ਦੇ ਨਾਲ ਨਾਲ ਹੋਣ ਸਕੂਲ ਦੀਆਂ ਫੀਸਾਂ ਦੇ ਨਾਲ ਜੁੜੇ ਸਕੂਲ ਦੀਆਂ ਫੀਸਾਂ ਇਸ ਕਰਕੇ ਮੈਂਸ਼ਨ ਕਰ ਰਹੇ ਹਾਂ ਕਿਉਂਕਿ ਇੱਕ ਲੰਮੇ ਸਮੇਂ ਤੋਂ ਇੱਕ ਜੰਗ ਛਿੜੀ ਹੋਈ ਹੈ ਸਕੂਲ ਨੇ ਕਹਿ ਦਿੱਤਾ ਕਿ ਅਸੀਂ ਟਿਊਸ਼ਨ ਫੀਸ ਲਵਾਂਗੇ ਤਾਂ ਮਾਂ ਬਾਪ ਨੇ ਉੱਥੇ ਵੀ ਇਤਰਾਜ਼ ਜਤਾਇਆ ਕਿ ਟਿਊਸ਼ਨ ਫੀ ਦਾ ਹੀ ਤਾਂ ਰੌਲਾ ਹੈ ਤੇ ਅੱਜ ਸਕੂਲ ਫੀਸ ਨੂੰ ਲੈ ਕੇ ਵੱਖੋ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਰੋਸ ਜਿਹੜਾ ਵਿਅਕਤ ਕੀਤਾ ਗਿਆ ਵਧੇਰੇ ਜਾਣਕਾਰੀ ਮੈਂ ਆਪਣੇ ਸਹਿਯੋਗੀ ਦੇ ਨਾਲ ਸਾਂਝੀ ਕਰਾਂਗੀ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਤੁਸੀਂ ਵੀ ਇਸ ਤੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੁਸੀਂ ਨੰਬਰ ਦੇਖ ਸਕਦੇ ਹੋ ਸਕਰੀਨਸ ਤੇ ਟਾਈਟਲ ਦੇ ਵਿੱਚ ਅਸੀਂ ਇੱਕ ਨੰਬਰ ਲਿਖਿਆ ਹੋਇਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਮੈਂ ਆਪਣੇ ਸਹਿਯੋਗੀ ਦੇ ਨਾਲ ਗੱਲਬਾਤ ਕਰਾਂਗੀ ਸਿਮਰਨ ਜੀ ਇਹ ਨੰਬਰ ਦੱਸ ਦਈਏ 9306593905 ਦੇ ਉੱਤੇ ਕਾਲ ਕਰ ਸਕਦੇ ਹੋ ਕਈ ਦੂਜੇ ਨੰਬਰ ਜਿਹੜੇ ਆ ਉਹ ਜਿਹੜੀ ਸਾਡੀ ਐਡਵਰਟਾਈਜ਼ਮੈਂਟ ਕਈ ਵਾਰ ਚੱਲਦੀ ਹੁੰਦੀ ਲੋਕ ਉਹਦੇ ਤੇ ਫੋਨ ਕਰ ਲੈਂਦੇ ਆ ਸੋ ਤੁਸੀਂ 9306593905 ਤੇ ਕਾਲ ਕਰਕੇ ਜੇ ਤੁਹਾਡੀ ਕੋਈ ਪ੍ਰਾਈਵੇਟ ਸਕੂਲਾਂ ਦੇ ਨਾਲ ਦਿੱਕਤ ਆ ਰਹੀ ਹੈ ਤਾਂ ਸਾਂਝੀ ਕਰ ਸਕਦੇ ਹੋ ਜੀ ਸੁਮਨ ਸਿਮਰਨ ਜੋ ਜਿਸ ਤਰ੍ਹਾਂ ਅੱਜ ਸੁਖਪਾਲ ਖਹਿਰਾ ਵੱਲੋਂ ਤੇ ਲੁਧਿਆਣਾ ਦੇ ਵਿੱਚ ਗੁਰਦੀਪ ਸਿੰਘ ਓਸ਼ਾ ਦੇ ਵੱਲੋਂ ਕਾਂਗਰਸ ਦਾ ਦਫ਼ਤਰ ਘੇਰਿਆ ਗਿਆ ਤੇ ਉਹਨਾਂ ਨੇ ਰੋਸ ਵਿਅਕਤ ਕੀਤਾ ਇਸ ਬਾਰੇ ਜਾਣਕਾਰੀ ਚਾਹੁੰਦੇ ਦੇਖੋ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਕਈ ਦਿਨਾਂ ਤੋਂ ਰੇੜਕਾ ਬਣਿਆ ਹੋਇਆ ਹੈ ਲੋਕਡਾਊਨ ਦੇ ਦੌਰਾਨ ਸਾਫ਼ ਕੀਤਾ ਸੀਗਾ ਸਿੱਖਿਆ ਮੰਤਰੀ ਨੇ ਵੀ ਕੋਈ ਵੀ ਸਕੂਲ ਲੋਕਡਾਊਨ 'ਚ ਫੀਸ ਨਹੀਂ ਲੈ ਸਕਦਾ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੇ ਮਾਪਿਆਂ ਨੂੰ ਇਹ ਜਿਹੜੇ ਮੈਸੇਜ ਭੇਜੇ ਮੈਸੇਜ ਘੱਲੇ ਫੀਸਾਂ ਮੰਗੀਆਂ ਗਈਆਂ ਬਾਅਦ ਦੇ ਵਿੱਚ ਇਹ ਕਲੀਅਰ ਕੀਤਾ ਗਿਆ ਕਿ ਸਿਰਫ ਟਿਊਸ਼ਨ ਫੀਸ ਜਿਹੜੇ ਆ ਸਕੂਲ ਉਹ ਲੈ ਸਕਦੇ ਆ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਕੱਲ੍ਹ ਜਾਂ ਪਰਸੋਂ ਜਿਹੜਾ ਫੈਸਲਾ ਆਇਆ ਉਹਦੇ 'ਚ ਇਹ ਆਇਆ ਕਿ 70% ਜਿਹੜੀ ਹੈ ਫੀਸ ਉਹ ਸਕੂਲ ਜਿਹੜੇ ਚਾਰਜ ਕਰ ਸਕਦੇ ਆ ਹੁਣ ਪ੍ਰੋਬਲਮ ਇਹਦੇ 'ਚ ਇਹ ਹੈ ਕਿ ਬਹੁਤ ਸਾਰੇ ਸਕੂਲਾਂ ਨੇ ਕੀ ਕੀਤਾ ਜਿਹੜੀ ਟਿਊਸ਼ਨ ਫੀਸ ਚਾਰਜ ਕਰਨੀ ਸੀ ਉਹ ਟਰਾਂਸਪੋਰਟੇਸ਼ਨ ਬਿਲਡਿੰਗ ਫੰਡ ਉਹ ਸਾਰਾ ਕੁਝ ਰਲਾ ਕੇ ਉਸੇ ਨੂੰ ਟਿਊਸ਼ਨ ਫੀ ਕਹਿਤਾ ਮਿਸਾਲ ਦੇ ਤੌਰ ਤੇ ਜੇ ਪਹਿਲਾਂ ਸਕਰੀਨ ਦੇ ਉੱਤੇ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਦਰਸ਼ਕਾਂ ਨੂੰ ਦੱਸ ਦਈਏ ਲੁਧਿਆਣਾ ਦੀਆਂ ਤਸਵੀਰਾਂ ਨੇ ਲੁਧਿਆਣਾ ਦੇ ਵਿੱਚ ਸੜਕਾਂ ਦੇ ਉੱਤੇ ਮਾਪੇ ਉਤਰੇ ਕੁਝ ਆਗੂ ਪਹੁੰਚੇ ਢੋਲ ਵਜਾ ਕੇ ਇੱਕ ਸਿੰਬੋਲਿਕ ਪ੍ਰੋਟੈਸਟ ਕੀਤਾ ਗਿਆ ਢੋਲ ਵਜਾ ਕੇ ਕਿਹਾ ਗਿਆ ਕਿ ਬੈਂਡ ਵੱਜ ਗਿਆ ਸਰਕਾਰ ਨੇ ਜਿਹੜਾ ਕੋਈ ਸਾਰ ਮਾਂ ਪਿਓ ਦੀ ਨਹੀਂ ਲਈ ਹੈ ਮਾਂ ਪਿਓ ਇਸ ਗੱਲ ਦੇ ਉੱਤੇ ਚਿੰਤਾ ਵਿਅਕਤ ਕਰ ਰਹੇ ਸੀ ਉਹਨਾਂ ਨੂੰ ਦਿੱਕਤ ਸੀਗੀ ਕਿ ਫੀਸਾਂ ਦੇ ਤਹਿਤ ਜੋ ਸਕੂਲਾਂ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਫੀਸਾਂ ਲੈ ਰਹੇ ਹੈ ਔਰ ਇਹ ਬੜੀ ਮੁਸੀਬਤ ਬਣੀ ਹੋਈ ਸੀ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੋਹਾਲੀ ਦੇ ਸੁਮਨ ਇੱਕ ਪ੍ਰਾਈਵੇਟ ਸਕੂਲ ਦੇ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ ਕਿ ਉੱਥੇ ਵੀ ਇਸੇ ਤਰ੍ਹਾਂ ਮਾਂ ਪਿਓ ਦੀ ਲੁੱਟ ਕੀਤੀ ਜਾ ਰਹੀ ਹੈ ਤੁਹਾਡੇ ਯਾਦ ਹੋਣਾ ਕਿ ਆਪਾਂ ਇੱਕ ਪ੍ਰਾਈਵੇਟ ਸਕੂਲਾਂ ਦੇ ਉੱਤੇ ਇੱਕ ਡਿਸਕਸ਼ਨ ਪ੍ਰਾਈਮ ਡਿਸਕਸ਼ਨ ਦੇ ਵਿੱਚ ਇੱਕ ਦਿਨ ਜਦੋਂ ਇਹ ਮੁੱਦਾ ਚੁੱਕਿਆ ਸੀ ਤਾਂ ਜਿਹੜੇ ਸਕੂਲਸ ਨੂੰ ਰਿਪ੍ਰੈਜ਼ੈਂਟ ਕਰਨ ਵਾਲੇ ਸੀਗੇ ਜਿਹੜੇ ਐਸੋਸੀਏਸ਼ਨ ਆਫ ਸਕੂਲਸ ਦੇ ਮੈਂਬਰ ਸੀਗੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਬਹੁਤ ਸਾਰੇ ਖਰਚੇ ਹੁੰਦੇ ਆ ਅਸੀਂ ਬਕਾਇਦਾ ਟੀਚਰਾਂ ਨੂੰ ਜਿਹੜੀਆਂ ਸੈਲਰੀਜ਼ ਦੇ ਰਹੇ ਹਾਂ ਇਹਦੇ ਨਾਲ ਹੀ ਸਾਡਾ ਆਨਲਾਈਨ ਬਹੁਤ ਸਾਰਾ ਖਰਚਾ ਹੋ ਰਿਹਾ ਜਿਹੜੇ ਸਾਡੇ ਫਿਕਸਡ ਖਰਚੇ ਨੇ ਜਿਹੜੀਆਂ ਸਾਡੀਆਂ ਕਿਸ਼ਤਾਂ ਜਾਂਦੀਆਂ ਬੈਂਕਾਂ ਦੀਆਂ ਕਰੋੜਾਂ ਰੁਪਏ ਦੇ ਲੋਨ ਲਏ ਹੁੰਦੇ ਆ ਉਹ ਸਾਡੀਆਂ ਉਸੇ ਤਰ੍ਹਾਂ ਜਾ ਰਹੀਆਂ ਇਸ ਕਰਕੇ ਅਸੀਂ ਫੀਸਾਂ ਚਾਰਜ ਕਰਨੀਆਂ ਸਾਡਾ ਹੱਕ ਬਣਦਾ ਪਰ ਅੱਜ ਇਹ ਪ੍ਰਦਰਸ਼ਨ ਹੋਏ ਨੇ ਇਹ ਸੜਕਾਂ ਦੇ ਉੱਤੇ ਜੇ ਲੋਕ ਉਤਰ ਰਹੇ ਇਹਦਾ ਕਾਰਨ ਵੱਡਾ ਇਹ ਹੈ ਕਿਤੇ ਨਾ ਕਿਤੇ ਸਰਕਾਰ ਦਾ ਇਹਦੇ ਵੱਲ ਧਿਆਨ ਨਹੀਂ ਗਿਆ ਕਾਲਰ ਸਾਡੇ ਨਾਲ ਜੁੜੇ ਨੇ ਪਰ ਉਸ ਤੋਂ ਪਹਿਲਾਂ ਇੱਕ ਵਾਰ ਅਸੀਂ ਸੁਖਪਾਲ ਖਹਿਰਾ ਮੋਹਾਲੀ ਦੇ ਵਿੱਚ ਜਦੋਂ ਪਹੁੰਚੇ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਇਹ ਤਸਵੀਰਾਂ ਲੁਧਿਆਣਾ ਦੀਆਂ ਵੀ ਦਿਖਾਵਾਂਗੇ ਲੁਧਿਆਣਾ ਦੇ ਕਾਂਗਰਸ ਭਵਨ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਗਿਆ ਹੈ ਸਕੂਲ ਦੀਆਂ ਫੀਸਾਂ ਨੂੰ ਲੈ ਕੇ ਪਰ ਪਹਿਲਾਂ ਤੁਹਾਨੂੰ ਸੁਖਪਾਲ ਖਹਿਰਾ ਮੋਹਾਲੀ ਦੇ ਵਿੱਚ ਉਹਨਾਂ ਨੇ ਪ੍ਰਦਰਸ਼ਨ ਕੀਤਾ ਉਹ ਦਿਖਾ ਦਿੰਦੇ ਹਾਂ ਦੋਸਤੋ ਇਸ ਵਕਤ ਅਸੀਂ ਪੰਜਾਬ 'ਚ ਜਿਹੜੇ ਪ੍ਰਾਈਵੇਟ ਸਕੂਲਸ ਦੇ ਫੀਸਾਂ ਨੂੰ ਲੈ ਕੇ ਰੌਲਾ ਪਿਆ ਹੋਇਆ ਉਸ ਨੂੰ ਲੈ ਕੇ ਜਿਹੜਾ ਮੋਹਾਲੀ ਦਾ 125 ਸੈਕਟਰ ਹੈ ਇਹਦੇ 'ਚ ਸਨੀ ਇਨਕਲੇਵ ਵਿੱਚ ਇੱਕ ਸਿਰਫ ਸਕੂਲ ਜਿਹੜੇ ਕਿ ਸ਼ਾਇਦ 4-5 ਬ੍ਰਾਂਚਸ ਨੇ ਸਕੂਲ ਦੀਆਂ ਸਾਰੇ ਮੋਹਾਲੀ ਦੇ ਵਿੱਚ ਉਹਨਾਂ ਦੇ ਆ ਸਾਰੇ ਪੇਰੈਂਟਸ ਦੇ ਨਾਲ ਅਸੀਂ ਇੱਥੇ ਖੜ੍ਹੇ ਹਾਂ ਇਹਨਾਂ ਦੀਆਂ ਬੜੀਆਂ ਜਸਟੀਫਾਈਡ ਡਿਮਾਂਡ ਸੀਗੀਆਂ ਅੱਜ ਕਿ ਜਦ ਲੋਕਡਾਊਨ ਰਿਹਾ ਵਾ 2 ਮਹੀਨੇ ਤੋਂ ਜ਼ਿਆਦਾ ਇਸ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਲੈਣ ਦਾ ਕੋਈ ਅਧਿਕਾਰ ਨਹੀਂ ਗਾ ਮੇਰੇ ਦੋਸਤ ਮੇਰੇ ਨਾਲ ਲੁਧਿਆਣੇ ਤੋਂ ਗੁਰਕਰਨ ਜੀ ਨੇ ਇਹਨਾਂ ਨੇ ਲੁਧਿਆਣੇ ਵਿੱਚ ਪਹਿਲਾਂ KVN ਸਕੂਲ ਜਿਹੜਾ ਸੀਗਾ ਉਹਦਾ ਜਿਹੜਾ ਐਕਸਪਲੋਇਟੇਸ਼ਨ ਹੋ ਰਹੀ ਸੀਗੀ ਪੇਰੈਂਟਸ ਦੀ ਅਤੇ ਜਿਹੜੇ ਆਮ ਮਿਡਲ ਕਲਾਸ ਆ ਉਹਨਾਂ ਦੀ ਫੀਸਾਂ ਨੂੰ ਲੈ ਕੇ ਇਹਨਾਂ ਨੇ ਬੜਾ ਵੱਡਾ ਮਸਲਾ ਉਠਾਇਆ ਹੁਣ ਸਾਰੇ ਪੰਜਾਬ ਦੇ ਵਿੱਚ ਇਸ਼ੂ ਉੱਠਾ ਹੋਇਆ ਅੱਜ ਵੀ ਬਹੁਤ ਸਾਰੇ ਤੁਸੀਂ ਪੇਰੈਂਟਸ ਦੇਖ ਰਹੇ ਹੋ ਜਿਹੜੇ ਕਿ
बेसिकली वर्किंग क्लास आ जिहड़े सेल्फ इंपलॉयड आ जिन्होंने अपने कारोबार काम सारे करफ्यू के करके बिल्कुल बंद पे ने ते इन्हां सारयां दी मुश्किल आ रही सी कि इन्हां नूं लगातार स्कूल वालों मैसेजेस आ रहे आ कि अपनी फीस जिहड़ी आ स्कूल नूं जमा कराओ। और तुसीं सारे जाणदे हो कि एजुकेशन मिनिस्टर पंजाब यानी कि पंजाब सरकार ने बहुत वार आ के कोशिश की कहन की कि इन्हां दिनां दे विच स्कूलां नूं कोई फीस लैण दा अधिकार नहीं, अगर लैनी आ तां सिर्फ ट्यूशन फीस ली जाए जिहड़ी कि अपने उन्होंने जिहड़े पढ़ाउण वाले अध्यापक ने उन्हां दीआं तनखाहां दित्तीआं जाण उहदी आड़ विच जिहड़े प्राइवेट स्कूल आ उन्होंने पूरी फीसां लैण दा अपना बना लिया सारा इरादा। इस स्कूल विच वी जदों असीं गल्लबात की एडमिनिस्ट्रेशन नाल उन्हां दी और जिहड़ी डिस्ट्रिक्ट एडमिनिस्ट्रेशन आई सी उन्हां दी हाजरी च गल हुई, उन्होंने कहा जिहड़ा साडा लगभग 3,500-4,000 फीस स्ट्रक्चर आ ये सारा ट्यूशन फीस ही आ जी। असीं पुछिआ उन्हां नूं कि तुहाडे च कोई ट्रांसपोर्टेशन कोस्ट, कोई स्पोर्ट्स एक्टिविटी, कोई लाइब्रेरी, कोई कंप्यूटर क्लासेस, नहीं जी सारा कुछ ट्यूशन फीस ही है। उन्होंने एजुकेशन मिनिस्टर के बयान का गलत फायदा उठा के कुल टोटल फीस ट्यूशन फीस कह के उन्होंने लैंड का जोड़ा इन्हों मैसेज भेजते ये अच्छ सारे प्रोटेस्ट कर आए थे। असी लॉकडाउन मद्देनज़र रखते एडमिनिस्ट्रेशन इतने बुला के उन्होंने गल करके फैसला यह होया वा कि जब तक हाई कोर्ट अपना पूरा निर्णय नहीं देगी, फैसला नहीं देगी, उन्नी देर तक ये प्राइवेट स्कूल जोड़े ने घट्टो घट ये वाली ब्रांच से इन्हों के पंच स्कूल ये किसी पेरेंट न फीस के मैसेज नहीं भेजेंगे। और जे ऑनलाइन एजुकेशन की गल की पेरेंट्स सारे ने दसिया कि यह भी एक ऑनलाइन के नाम से ड्रामा चल रहा वा, सिर्फ एक दिन में वो भी 3 दिन पहला इस स्कूल ने शुरू किया कि एक क्लास ला देंगे ने 40 मिनट की और 40 मिनट की एक क्लास ला के मुड़ के कहेंगे असं ऑनलाइन सारी पढ़ाई कराती है अब सारी फीस सूँ देनी पवेगी। थोड़े जे विचार मैं चाहूँगा कि वन ऑफ द पेरेंट्स जो इफेक्टेड ने वो अपनी गल पूरी अच्छे तरीके कहते हैं। सर साढ़े तो लॉकडाउन के दौरान फीस मंगी गई थी, सानू रेगुलर रूटीन के मैसेजेस आ रहे थे तो असं जो एडमिनिस्ट्रेशन को पहुंचे थे कि सानू ये फीस क्यों डिमांड कर रहे हो तो उन्होंने सानू कहा कि जी फीसा तुहानू देनिया पैनिया क्योंकि असी तुहाडियां ऑनलाइन क्लास लगा रहे हैं। तो असं उन्होंने सवाल किया कि दसो जी किहड़े तरीके नाल तुसी ऑनलाइन क्लास लगा रहे हो, व्हाट्सएप से एक फोटो भेज के तुसी ऑनलाइन उन्होंने ऑनलाइन क्लास करने हो, किताब सामने रखी उसकी फोटो खिंच के सानू भेज के तुसी उन्होंने ऑनलाइन क्लास करने हो। तो हुणे फिलहाल तो सानू जो अज असी इधर पहुँचे हाँ खहरा साहब सीगे इधर गुरकरण सिंह चिन्ना जी भी सीगे इधर तो इन्हों के सामने असी एडमिनिस्ट्रेशन तो पूछा है कि सानू दसो कि असी तुहानू किहड़े लहजे नाल आ फीस देिए, लॉकडाउन के दौरान साढ़े कोई इंप्लॉयमेंट नहीं हैगी, कुछ नहीं है, ना ही थोड़ा ऑनलाइन क्लास करन दा तरीका वधिया है, ना ही वो अप टू द मार्क हैगा एज पर दी गवर्नमेंट, तो असी तुहानू फीसा क्यों देिए। तो प्रिंसीपल साहब ने प्रिंसीपल मैडम से सानू ये चीज़ कही है कि ठीक है जी तुसी फीसा असी तुहाडे तो हले डिमांड नहीं करांगे, ऑनलाइन क्लास का असी उन्हां नाल हले डिस्कशन करनी है कि तरीके नाल जेकर चलाएंगे तो असी चलावांगे, अदरवाइज असी ऑनलाइन क्लास जिहड़ी ये चला रहे ने वो असी कंडक्ट नहीं करांगे। ਤੁਸੀਂ ਦੇਖ ਸਕਦੇ ਹੋ ਕਿ ਇਹ ਪਿੱਛੇ ਸਕੂਲ ਹੈ ਔਰ ਮੇਰਾ ਖਿਆਲ ਹੈ ਕਿ ਏਅਰ ਕੰਡੀਸ਼ਨ ਸਕੂਲ ਹੈ ਜੀ। ਹਾਂਜੀ ਬਿਲਕੁਲ ਜੀ, ਬਹੁਤ ਚੰਗੇ ਅਮੀਰਾਂ ਦਾ ਸਕੂਲ ਹੈ ਸਰ, ਇਹ ਮੇਰਾ ਕਹਿਣ ਤੋਂ ਭਾਵ ਹੈਗਾ ਸਰ ਚਾਰਜੀ ਚੱਲਦੇ ਨਹੀਂ ਹੈ, ਇੱਕ ਵਾਟਰ ਵੀ ਇਹ ਹੁੰਦੇ ਨੇ ਚਲਾਉਂਦੇ ਨਹੀਂ ਕਿ ਕਹਿਣ ਤੋਂ ਭਾਵ ਕਿ ਪੈਸੇ ਮੋਟੇ ਤੌਰ ਤੇ ਮੇਰਾ ਕਹਿਣਾ ਕਿ ਵਾਟਰ ਫਿਲਟਰ ਨਹੀਂ ਠੀਕ ਨੇ ਪ੍ਰਾਈਵੇਟ ਹੈਲਥ ਕੇਅਰ ਵਾਂਗੂ ਆਮ ਜਨਤਾ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਉਹਨਾਂ ਦਾ ਸ਼ੋਸ਼ਣ ਹੁੰਦਾ ਵਾ। सरकार मैं समझता कि कंप्लीट इतने आके फेल हो गई ने, हाई कोर्ट भी क्यों मामला जाए जब एजुकेशन डिपार्टमेंट आ जब पंजाब सरकार बैठी आ वो इन पेरेंट्स की गल सुन के इदा की स्ट्रिक्ट गाइडलाइनस करन के किसी तरह की कोई गलत फीस ना ले सकन, कोई इन्हों का एक्सप्लॉयटेशन ना कर सकन, जब आप पढ़ाया ही नहीं गा और जी पढ़ाई हूँ सो कॉल्ड ऑनलाइन व्हाट्सएप के उत्ते 40 मिनट के कोई एक पीरियड ला के 40 मिनट तो बाद कहता जी कि सारे महीने की 3,500 या 4,000 रुपया तुम फीस दे दो, इट इज़ टोटली अनजस्टिफाइड। इसलिए मेरा यह कहना इतने आने का मकसद अब मोहाली के इस एक सिप्स स्कूल जेडे कि वेल ऑफ स्कूल है और मेरा ख्याल इन्होंने कई साल तो चंगे पैसे कमाए हो, 2 महीने की यह जर्नी सके जी इन्हों एक दिखानी चाहिए सी, ग्रेस दिखानी चाहिए सी और हमदर्दी दिखानी चाहिए सी पेरेंट्स नाल बच्चों नाल, क्योंकि ये जेडे सारे पेरेंट्स ने बहुत गिनती इन्हों मैं दोबारा रीएट्रेट करता जिदा साड़ी भैन बोल रही थी हुणे
ये आप एक जॉब कर दी है हुण इहदा जॉब भी खत्म हो गया ते पर फीस इहना तो दोबारा दोबारा डिमांड करती जगदीप हुणी मेरे वीर ने या होर पेरेंट्स ने देयरफॉर आई वुड कॉल दिस एक्सट्रीम एक्सप्लॉयटेशन ऑफ द पेरेंट्स ऑफ द चिल्ड्रन by all this private school complete jada sara system hai ga aur jitna private school di exploitation ho rahi hai idda hi private health care ch vi ho rahi tusi hairan hovoge ki pichle 2 mahinyan ch main achhi tarah tanu dawe na keh sakda mera kapoorthala jalandhar sada doaba va jalandhar ch katto kat ni ta 5-600 hospital hai private jadon curfew lagya jadon mahamari di news aayi sare doctors apne hospital band karke bhaj gaye unhanne unna lokan di koi saar nahi layi 2 mahine हॉस्पिटल मोटे तौर पर बंद रहे ने और तुसी देखोगे हॉस्पिटल खाली सके बीमारी कितने गई कोई मरिया भी नहीं पिंडा दे विच ये नहीं कि एक्सट्रा ऑर्डिनरीली डेथ्स हो रही पिंडा दे विच इहदा मतलब है कि प्राइवेट हेल्थ केयर लोगों नू एक्सप्लॉयट कर रहा वा उन्होंने बिना वजह टेस्ट हो रहे हैं उन्होंने स्कैनस हो रहे हैं कई बार जिन्हों हार्ट सर्जरी की लड़ नहीं उन्होंने सर्जरी कर दी जिन्हों स्टेंट की लड़ नहीं उन्होंने स्टेंट पाता जिन्हों कोई किडनी की प्रॉब्लम है इट इज़ कंप्लीट एक्सप्लॉयटेशन इन द नेम ऑफ सो कॉल्ड प्राइवेट हेल्थ केयर बिल्कुल उस तरह आ प्राइवेट एजुकेशन सिस्टम के भी एक्सपलॉयटेशन और ये सारे पंजाब दे विच विवाद उठा हुआ मैं समझता अमरिंदर सिंह जी ने मुदाखलत करनी चाहिए मैंने लगता उन्होंने एजुकेशन मिनिस्टर की कोई गल नहीं सुन रहे स्कूलों वाले हाईकोर्ट जाने की तो लोड़ पवे जे पंजाब सरकार अपने हाथ खड़े कर देवे साढ़े पल्ले कुछ नहीं गा ताइयों मामला हाईकोर्ट में गया और हाईकोर्ट में भी मेरी बेनती है जजेस नूं कि पहला पेरेंट्स का पक्ष सुनो कल्ले प्राइवेट स्कूलों के मालकों के अमीर की गल सुन के तुम इन्हों के खिलाफ फैसला दे दोगे या इंटरिम फैसला दिता कि 70% ट्यूशन फीस ले सकते ने 70% टोटल ले सकते हो इन्हों का पूरा शोषण हो रहा वा जिदा मैं जिक्र किया कि इस स्कूल ने कहता कि साड़ी तो टोटल ट्यूशन फीस ही 3500 आ ये 3500 ही जाते 70 भी नहीं लेंदे देयरफॉर हाईकोर्ट में भी कोई फैसला लैन तो पहला आ सारे पेरेंट्स का प्राइवेट जिहड़े पिंडां दे विच निजी स्कूलों में बच्चे पढ़ते हैं मिडल क्लास के लो मिडल क्लास के गरीब तबके के वर्किंग क्लास के उन्होंने सारा मसला अपने ध्यान में लिया के फिर कोई फैसला लेना चाहिए था। पर फिलहाल टेंपरेरी फैसला अजिही होया डिस्ट्रिक्ट एडमिनिस्ट्रेशन वालों कि जब तक हाईकोर्ट कोई फैसला नहीं देगी इन स्कूल वाले कहता कि तुम कोई फीस के मैसेज नहीं भेज रहे जो पेरेंट्स अज आए ने सारे जो पेरेंट्स आए ने एक मिनट जो पेरेंट्स आए ने उन्होंने जो प्रोटेस्ट करना आए थे सारे देख सकते उन्होंने जिन्हें खो सकता सोशल डिस्टेंसिंग एक मेरा वीर को गल कहना चाहता उसके बाद अपनी वैबसाइट पर अपनी बैलेंस शीट पाई है बुधवार को परसों के दिन असी 5-6 पेरेंट्स जाके एडमिनिस्ट्रेशन मिले थे मेरा पॉइंट ये कि बैलेंस शीट तो स्कूल्स की फाइनेंशियल हेल्थ पता चलती है बैलेंस शीट इन्होंने जी ऑनलाइन पाई हुई है आई हैव गॉन थ्रू इट इट इज़ टोटली इनकम्प्लीट वो कोई खर्चे की कोई डिस्क्रिप्शन नहीं पाई हुई सिर्फ एक चीज़ पाई हुई है नैट प्रॉफिट NEDT जी इनकी ट्रस्ट है जो स्कूल चला रही है नैशनल एजुकेशन डिवेलपमेंट ट्रस्ट जे स्कूल रन कर रही है 4-5 ब्रांचेस द टोटल प्रॉफिट फॉर द फाइनेंशियल ईयर 18-19 2.25 करोड़ सो 2.25 करोड़ का प्रॉफिट अगर एक साल कमाती है ट्रस्ट तो 2 महीने अगर वह अपने स्कूल के टीचर्स में फीस नहीं दे सैलरी नहीं दे सकते इट इज़ नॉट मुद्दे के उत्ते सुखपाल खैरा सुन रहे थे मोहाली के एक प्राइवेट स्कूल के बाहर उन्होंने प्रदर्शन किया बहुत सारे मापे नाल सके जिन्होंने कहा कि साड़ियाँ भी नौकरियां चलिया गई तो असी कितों ये फीसा भर सकते हैं तुसी कॉल कर सकते हो डेली पोस्ट का नंबर तुसी देख पा रहे हो 93056 93056 ਦੇ ਉੱਤੇ ਸਾਨੂੰ ਫੋਨ ਕਰਕੇ ਜੋ ਕਹਿੰਦੇ ਸਿਮਰਨ ਜੋ ਗੱਲ ਕਰ ਲੈਨੇ ਹਾਂਜੀ ਕੀ ਕਹਿਣਾ ਜੀ ਤੁਹਾਡਾ ਮੈਂ ਇਹ ਤੁਹਾਡੀ ਇੰਟਰਵਿਊ ਦੇਖ ਰਿਹਾ ਸੀਗਾ ਸਕੂਲਾਂ ਦੇ ਵਿੱਚ ਜੋ ਅੱਜਕੱਲ ਚੱਲ ਰਿਹਾ ਮੈਂ ਵੀ ਟੀਚਰ ਹਾਂ ਜੀ ਸਕੂਲ ਚ ਪੜਾਉਣਾ ਮੈਂ ਵੀ ਪ੍ਰਾਈਵੇਟ ਸਕੂਲ ਚ ਪੜਾਉਂਦੇ ਹੋ ਤੁਸੀਂ ਹਾਂਜੀ ਸਰ ਮੈਂ ਪ੍ਰਾਈਵੇਟ ਸਕੂਲ ਚ ਪੜਾਉਂਦਾ ਜੀ ਸਰ ਇਹ ਹੀ ਆ ਜਦੋਂ ਲੋਕਡਾਊਨ ਆਇਆ ਦੇਖੋ ਸਭ ਦੀਆਂ ਫੈਮਿਲੀਜ਼ ਆ ਸੀ ਵੀ ਆਪਣੀ ਫੈਮਿਲੀ ਚ ਪਾਲਣੀਆਂ ਸਕੂਲ ਵਾਲੇ ਇਦਾਂ ਕਰ ਰਿਹਾ ਜੀ ਤੁਸੀਂ ਕੰਮ ਕਰਾਓ ਕੋਈ ਚੱਕਰ ਨਹੀਂ ਆਨਲਾਈਨ ਕਲਾਸਿਸ ਲਾਓ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਨਲਾਈਨ ਕਲਾਸਾਂ ਵੀ ਲਗਾ ਰਹੇ ਆ ਜੀ ਬੱਚਿਆਂ ਨੂੰ ਪੜਾ ਵੀ ਰਹੇ ਆ ਠੀਕ ਹੈ ਤੇ ਬਟ ਜੋ ਸੈਲਰੀ ਦੀ ਗੱਲ ਕਰੀਏ ਤੇ ਸੈਲਰੀ ਸਾਡੀ ਗੱਲ ਚੱਲ ਰਹੀ ਆ ਉੱਪਰ ਇਕੱਠੀ ਸੈਲਰੀ ਦੇ ਦਾਂਗੇ ਇਹ ਸਾਨੂੰ ਕੁਝ ਨਹੀਂ ਪਤਾ ਸਾਡੀ ਸੈਲਰੀ ਆਣੀ ਵੀ ਹੈ ਜਾਂ ਨਹੀਂ ਵੀ ਆਣੀ ਪਹਿਲਾਂ ਤਾਂ ਮਨਾ ਕਰਦਾ ਸੀਗਾ ਬਟ ਜਦੋਂ ਆਨਲਾਈਨ ਕਲਾਸਿਸ ਲੱਗੀਆਂ ਤੇ ਫਿਰ ਕਹਿੰਦੇ ਤੁਹਾਡੀ ਸੈਲਰੀ ਦੇਖਾਂਗੇ ਕਰ ਦਾਂਗੇ ਤੁਹਾਨੂੰ ਸੈਲਰੀ ਦਿੱਤੀ ਨਹੀਂ ਗਈ ਸਕੂਲ ਦੇ ਵੱਲੋਂ ਬਿਲਕੁਲ ਨਹੀਂ ਜੀ 1 ਰੁਪਿਆ ਨਹੀਂ ਆਇਆ ਹਜੇ ਤੱਕ ਇਹ ਪੂਰੇ 2 ਮਹੀਨੇ ਜਿੰਨੀ ਦੇਰ ਲੋਕਡਾਊਨ ਚੱਲਿਆ ਤੁਹਾਨੂੰ 2 ਮਹੀਨੇ ਕੋਈ ਸੈਲਰੀ ਨਹੀਂ ਮਿਲੀ 1 ਰੁਪਿਆ ਨਹੀਂ ਆਇਆ ਔਰ ਕੰਮ ਕਰਦੇ ਰਹੇ ਹੋ ਤੁਸੀਂ ਕਿੰਨੇ ਘੰਟੇ ਦੀ ਡਿਊਟੀ ਹੁੰਦੀ ਹੈ ਤੁਹਾਡੀ ਦੇਖੋ ਜੀ ਆਨਲਾਈਨ ਕਲਾਸਿਸ ਲਾਉਂਦੇ ਆ ਚਲਦੀਆਂ ਰਹਿੰਦੀਆਂ ਜਦੋਂ ਕਾਲ ਆ ਗਈ ਪਹਿਲੇ ਨੋਟਸ ਬਣਾ ਕੇ ਸਕੂਲੇ ਸਬਮਿਟ ਕਰੀਦੇ ਨੇ ਫਿਰ ਉਸ ਤੋਂ ਅਪਰੂਵਲ ਆਉਂਦੀ ਹੈ
ਉਹ ਜਦੋਂ ਅਪਰੂਵ ਹੋ ਜਾਂਦੇ ਆ ਫਿਰ ਉਹ ਬੱਚਿਆਂ ਨੂੰ ਅੱਗੇ ਉਹ ਕਲਾਸਿਸ ਲਾ ਕੇ ਪੜ੍ਹਾਈਦਾ ਵਾ ਉਹਨਾਂ ਦੇ ਟੀਚਰ ਪੇਰੈਂਟਸ ਦੀ ਈਮੇਲ ਆਈਡੀ ਲਈਦੀ ਆ ਜੀ ਈਮੇਲ ਆਈਡੀ ਦੇ ਥਰੂ ਉਹਨਾਂ ਨੂੰ ਪ੍ਰੋਜੈਕਟ ਸੈਂਡ ਕਰੀਦੇ ਨੇ ਅੱਗੋਂ ਫਿਰ ਆਨਲਾਈਨ ਕਲਾਸਿਸ ਵੀ ਲਾਈਆਂ ਬਹੁਤ ਕੁਝ ਕਰੀਦਾ ਜੀ ਕੋਈ ਟਾਈਮ ਨਹੀਂ ਕਈ ਵਾਰੀ ਪ੍ਰੋਜੈਕਟ ਬਣਾਉਂਦੇ ਬਣਾਉਂਦੇ ਸਾਨੂੰ ਰਾਤ ਦੇ 8 ਵੀ ਵੱਜ ਜਾਂਦੇ ਨੇ ਤਾਂ ਫਿਰ ਬੱਚਿਆਂ ਨੂੰ ਪੂਰਾ ਪੜ੍ਹਾਉਣਾ ਵੀ ਪੈਂਦਾ ਤੁਹਾਨੂੰ ਜਿਵੇਂ ਕਈ ਮਾਪੇ ਜ਼ੂਮ ਤੇ ਜਾਂ ਸਕਾਈਪ ਤੇ ਕਾਲਸ ਲੈ ਰਹੇ ਤੁਸੀਂ ਵੀ ਲੈਂਦੇ ਹੋ ਇਹ ਬਹੁਤ ਵੱਡਾ ਸਵਾਲ ਹੈ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਅਗਲੇ ਕਾਲਰ ਵੀ ਜੁੜੇ ਨੇ ਸੁਮਨ ਇਹ ਇੱਥੋਂ ਐਕਸਪੋਜ਼ ਹੋ ਰਿਹਾ ਸਿਸਟਮ ਹਾਲਾਂਕਿ ਸਕੂਲ ਕਹਿ ਰਹੇ ਅਸੀਂ ਬਹੁਤ ਸਾਰੇ ਖਰਚੇ ਸਾਡੇ ਆ ਔਰ ਉਹ ਕਹਿ ਰਹੇ ਕਿ ਅਸੀਂ ਸੈਲਰੀਜ਼ ਦੇ ਰਹੇ ਹਾਂ ਪਰ ਜਿਸ ਤਰ੍ਹਾਂ ਇਹ ਕਹਿ ਰਹੇ ਅਸੀਂ ਹਾਲਾਂਕਿ ਇਹਨਾਂ ਤੋਂ ਨਾਮ ਹੀ ਇਹਨਾਂ ਦਾ ਸਕੂਲ ਨਹੀਂ ਪੁੱਛਿਆ ਅਸੀਂ ਵੀ ਸਮਝਦੇ ਹਾਂ ਕਿ ਕੱਲ ਨੂੰ ਜੌਬ ਨਾ ਚਲੀ ਜਾਏ ਅਸੀਂ ਭਲਾ ਕਰਦੇ ਕਰਦੇ ਨੁਕਸਾਨ ਹੀ ਨਾ ਕਰ ਬੈਠੀਏ ਕਿਸੇ ਦਾ ਕੀ ਨਾਮ ਹੈ ਜੀ ਤੁਹਾਡਾ ਨੈਕਸਟ ਕਾਲਰ ਜੁੜੇ ਨੇ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਸਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਸਕੂਲ ਆਪਣਾ ਫਾਈਨੈਂਸ਼ੀਅਲ ਸਾਰਾ ਬੈਲੈਂਸ ਸ਼ੀਟ ਵਗੈਰਾ ਸ਼ੋ ਕਰਦੀ ਹੈ ਸਰਕਾਰ ਨੂੰ ਰਿਲੈਕਸੇਸ਼ਨ ਜਿਹੜੀ ਪੇਰੈਂਟਸ ਨੂੰ ਦੇ ਰਹੀ ਹੈ ਉਹ ਇੰਸਟੀਚਿਊਟਸ ਨੂੰ ਪੁੱਛੇ ਜਿਹੜੇ ਇੰਸਟੀਚਿਊਟ ਵੀਕ ਨੇ ਉਹਨਾਂ ਨੂੰ ਸਰਕਾਰ ਹੈਲਪ ਦੇਵੇ ਨਾ ਕਿ ਪੇਰੈਂਟਸ ਨੂੰ ਖਰਾਬ ਕੀਤਾ ਜਾਵੇ ਮਿਡਲ ਕਲਾਸ ਜਿਹੜੀ ਹੈ ਇਹ ਲੋਕਡਾਊਨ ਕਰਕੇ ਔਰ ਇਹਦੇ ਕਰਫਿਊ ਕਰਕੇ ਇੰਨੀ ਜ਼ਿਆਦਾ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਸਰਕਾਰ ਨੂੰ ਬਹੁਤ ਸੀਰੀਅਸਲੀ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਜੀ ਬਿਲਕੁਲ ਠੀਕ ਹੈ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ ਤੁਸੀਂ 93050 ਦੇ ਉੱਤੇ ਸਾਨੂੰ ਕਾਲ ਕਰ ਸਕਦੇ ਹੋ ਸੁਮਨ ਬਹੁਤ ਮੁਸੀਬਤ ਦਾ ਸਵਾਲ ਹੈ ਸਿਮਰ ਜੋ ਤੁਸੀਂ ਸੁਣਿਆ ਸੁਖਪਾਲ ਖਹਿਰਾ ਜਿੱਥੇ ਖੜੇ ਨੇ ਜਿੱਥੇ ਮਾਂ ਬਾਪ ਨਾਲ ਖੜੇ ਨੇ ਮਾਂ ਬਾਪ ਨੇ ਤਾਂ ਇਲਜ਼ਾਮ ਲਗਾ ਦਿੱਤਾ ਸਕੂਲ ਤੇ ਮਾਂ ਬਾਪ ਨੇ ਵੱਡਾ ਇਲਜ਼ਾਮ ਟੀਚਰਸ ਤੇ ਵੀ ਲਗਾ ਦਿੱਤਾ ਕਿ ਇੱਕ ਫੋਟੋ ਭੇਜ ਦਿੱਤੀ ਤੇ ਸਾਰਾ ਕੰਮ ਮਾਂ ਬਾਪ ਨੂੰ ਕਰਨਾ ਪੈਂਦਾ ਤੇ ਉਸ ਟੀਚਰ ਦਾ ਦੁੱਖ ਸੁਣੋ ਜਿਹੜਾ 2 ਮਹੀਨੇ ਤੋਂ ਮਿਹਨਤ ਕਰ ਰਿਹਾ ਹੈ ਸਵੇਰ ਤੋਂ ਲੱਗਾ ਹੋਇਆ ਤੇ ਉਹਨੂੰ ਇੱਕ ਵਾਰ ਵੀ ਤਨਖਾਹ ਨਹੀਂ ਮਿਲੀ ਬਿਲਕੁਲ ਅਗਲੇ ਕਾਲਰ ਜੁੜੇ ਨੇ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਜਿਹੜੇ ਬੱਚੇ ਕਰਦੇ ਪੜ੍ਹੇ ਲਿਖੇ ਨੀ ਉਹ ਕਿਸ ਤਰ੍ਹਾਂ ਜੂਮ ਤੇ ਸਿਖਾਉਣਗੇ ਸਰ ਮੇਰਾ ਬੱਚਾ ਜੇ 10 ਤੀਕਰ ਗਿਣਤੀ ਲਿਖਦਾ ਹੈ ਤੇ ਉਹ ਹਾਲੇ ਤੀਕਰ 10 ਤੇ ਜੜਿਆ ਹੋਇਆ 2 ਮਹੀਨਿਆਂ ਚ ਕੋਈ ਫਰਕ ਨੀ ਪਿਆ ਕਿ ਉਹ 12 ਲਿਖ ਸਕੇ ਜਾਂ 11 ਲਿਖ ਸਕੇ ਕੋਈ ਫਰਕ ਨੀ ਸਰ ਪਿਆ ਜਿੱਥੋਂ ਸਕੂਲ ਕਹਿੰਦਾ ਉੱਥੋਂ ਲੈਣੀ ਪੈਂਦੀ ਹੈ ਨਹੀਂ ਨਹੀਂ ਡਰੈਸ ਦਾ ਨੀ ਸਰ ਕਿਤਾਬਾਂ ਤਾਂ ਇਹੀ ਹੈ ਸਰ ਸਕੂਲ ਦੀਆਂ ਕਿਤਾਬਾਂ ਕੋਈ 2-3 ਦੁਕਾਨਾਂ ਹੈਗੀਆਂ ਸਰ ਉੱਥੋਂ ਹੀ ਮਿਲ ਰਹੀ ਹੈ ਸਾਨੂੰ ਕਿਤਾਬਾਂ ਹੋਰ ਕੋਈ ਸ਼ੋਪ ਤੋਂ ਦੁਕਾਨਾਂ ਨੀ ਕਿਤਾਬਾਂ ਨੀ ਮਿਲਦੀਆਂ ਸਰ ਇਹੀ ਫਰਕ ਹੈ ਸਰ ਅਸੀਂ ਅਸੀਂ ਹੋਰ ਸ਼ੋਪ ਤੋਂ ਲੈਣਾ ਚਾਹੁੰਦੇ ਹਾਂ ਕੋਈ ਲੈਸ ਨੀ ਮਿਲਦੀ ਸਰ ਜੇ 3500 ਦੀ ਕਿਤਾਬਾਂ 3500 ਦੀਆਂ ਮਿਲੀਆਂ ਸਰ ਕੋਈ ਲੈਸ ਨੀ ਹੈ ਹਾਂਜੀ ਹਾਂਜੀ ਸਰ ਹੋਰ ਕਿਤੇ ਦੁਕਾਨਦਾਰ ਤੋਂ ਮਿਲਦੀ ਵੀ ਨੀ ਹੋਣੀ ਉਹ ਸਰ ਨਹੀਂ ਮਿਲਦੀ ਸਰ 2-3 ਦੁਕਾਨਾਂ ਹੈਗੀਆਂ ਜਿਨ੍ਹਾਂ ਦੀ ਸਕੂਲਾਂ ਨਾਲ ਸੈਟਿੰਗ ਹੈ ਸਰ ਸਿਰਫ ਤੁਹਾਨੂੰ ਉਹਦੇ ਤੋਂ ਹੀ ਮਿਲਣਗੀਆਂ ਸਰ ਆਨਲਾਈਨ ਦਾ ਕੋਈ ਫਾਇਦਾ ਨੀ ਸਰ 0% ਸਰ ਕੋਈ ਦੇਖੋ ਜੀ ਹਰ ਕਿਸੇ ਮਾਂ ਬਾਪ ਦਾ ਹੁੰਦਾ ਕਿ ਮੇਰਾ ਬੱਚਾ ਕੋਈ ਚੰਗੇ ਸਕੂਲ ਪੜ੍ਹੇ ਕਈਆਂ ਦੇ ਮਾਂ ਬਾਪ ਨਹੀਂ ਪੜ੍ਹੇ ਹੁੰਦੇ ਸਰ ਉਹ ਕੀ ਜੂਨ ਤੇ ਕਿਸ ਤਰ੍ਹਾਂ ਬੱਚੇ ਨੂੰ ਸਿਖਾਉਣਗੇ ਸਰ ਤੁਸੀਂ ਆਪ ਸੋਚੋ ਬੱਚੇ ਦਾ ਸਰ 40-40 ਬੱਚੇ ਹੁੰਦੇ ਆ ਜੂਨ ਐਪ ਦੇ ਵਿੱਚ ਸਰ ਕੋਈ ਕੁਛ ਕੀ ਬੋਲੀ ਜਾਂਦਾ ਕੋਈ ਕੁਛ ਕੀ ਬੋਲੀ ਜਾਂਦਾ ਕੋਈ ਕਿਸੇ ਨੂੰ ਸਮਝ ਨਹੀਂ ਲੱਗਦੀ ਇਹ ਵੀ ਵੱਡਾ ਸਵਾਲ ਹੈ ਕਿਸੇ ਨੇ ਕਰਦੇ ਭੰਡਿਆ ਨਹੀਂ ਸੁਮਣ ਆਵਾਜ਼ ਆਈ ਜਾਂਦੀ ਹੈ ਇੱਕ ਮੈਨੂੰ ਟੀਚਰ ਨੇ ਦੱਸਿਆ ਕਿ ਜੂਮ ਤੇ ਜਦੋਂ ਕਲਾਸ ਲੈਂਦੇ ਆ ਤਾਂ ਬੜੀ ਮੁਸੀਬਤ ਆਉਂਦੀ ਹੈ ਕਿਸੇ ਬੱਚੇ ਦੇ ਪਿੱਛੋਂ ਆਵਾਜ਼ ਆ ਰਹੀ ਹੈ ਕੋਈ ਮਾਂ ਪਿਓ ਰੌਲਾ ਪਾਈ ਜਾਂਦੇ ਆ ਕਿਸੇ ਦੇ ਕੋਈ ਹਾਂ ਹਰੇਕ ਬੱਚੇ ਦੀ ਹੁਣ ਕੋਈ ਕੋਠੀਆਂ ਇੰਨੀਆਂ ਨਹੀਂ ਹੈਗੀਆਂ ਵੀ ਕੋਈ ਇੱਕ ਵੱਖਰੇ ਕਮਰੇ ਦੇ ਵਿੱਚ ਬਿਠਾ ਕੇ ਕਈਆਂ ਵਿਚਾਰਿਆਂ ਨੇ ਕਮਰੇ 'ਚ ਹੀ ਗੁਜ਼ਾਰਾ ਕਰਨਾ ਹੈ ਤਾਂ ਉੱਥੇ ਕੋਈ ਛੋਟਾ ਭੈਣ ਭਰਾ ਹੈ ਉਹ ਕਹਿੰਦਾ ਕਿ ਮੈਂ ਟੀਵੀ ਦੇਖਣਾ ਦੂਜਾ ਕਹਿੰਦਾ ਨਹੀਂ ਉਹ ਜਗ੍ਹਾ ਨਹੀਂ ਮਿਲਦੀ ਕੋਈ ਬੱਚਾ ਛੱਤ ਦੇ ਉੱਤੇ ਬੈਠ ਰਿਹਾ ਇਹੋ ਜਿਹੀਆਂ ਵੀ ਮੁਸੀਬਤਾਂ ਕਈਆਂ ਨੂੰ ਆਈਆਂ ਬਹੁਤ ਧੰਨਵਾਦ ਜੀ ਤੁਸੀਂ ਫਿਰੋਜ਼ਪੁਰ ਤੋਂ ਸਾਡੇ ਨਾਲ ਸੋ ਇਹ ਇੱਕ ਵਾਰ ਫਿਰ ਤੋਂ ਤੁਹਾਨੂੰ ਲੁਧਿਆਣਾ ਲੈ ਚੱਲਦੇ ਹਾਂ ਲੁਧਿਆਣਾ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਜਿੱਥੇ ਅੱਜ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਵਸੂਲੀਆਂ ਜਾਂਦੀਆਂ ਇਹਨਾਂ ਫੀਸਾਂ ਦੇ ਖਿਲਾਫ ਬਿਜਲੀ ਦੇ ਲਏ ਜਾਂਦੇ ਬਿੱਲਾਂ ਦੇ ਖਿਲਾਫ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਖਿਲਾਫ ਜੋ ਸਰਕਾਰ ਤੋਂ ਖਰਚੇ ਜਿਹੜੇ ਆਮ ਬੰਦੇ ਦੇ ਨੇ ਜਿਹਦੇ 'ਤੇ ਕੁਛ ਹੋ ਨਹੀਂ ਪਾ ਰਿਹਾ ਉਹਦੇ ਵਿਰੁੱਧ ਅੱਜ ਪ੍ਰਦਰਸ਼ਨ ਹੋਇਆ ਔਰ ਕਾਂਗਰਸ ਭਵਨ ਤੱਕ ਨੂੰ ਘੇਰਿਆ ਗਿਆ ਇੱਕ ਵਾਰ ਤਸਵੀਰਾਂ ਤੁਹਾਨੂੰ ਲੁਧਿਆਣਾ ਲੈ ਚੱਲਦੇ ਹਾਂ ਲੁਧਿਆਣਾ ਦੀਆਂ ਤਸਵੀਰਾਂ ਦਿਖਾਉਂਦੇ ਹਾਂ Oh, my God.
इसी तरह लुधियाना तो साडे सहयोगी तरसेम भारद्वाज मौके ते मौजूद सन जिथे गुरदीप सिंह गोशा ते उन्हां दे साथियों वल्लों कांग्रेस दफ्तर का घिराओ किया गया। उत्थे बहुत सारे माँ बाप भी मौजूद सन जिन्होंने रोस प्रदर्शन किया, जिन्होंने धरने प्रदर्शन किए ने। तरसेम भारद्वाज मेरे सहयोगी ने गलबात की माँ बाप के नाल भी, गुरदीप गोशा के नाल भी, तुहानू तस्वीर भी दिखा देने। बिल्कुल तुसी तस्वीरां देखते हो, जगराओं पुल दीआं तस्वीरां ने, ढोल बज रहा। यह कोई ढोल किसी समागम का या विआह शादी का नहीं हैगा, यह NGO संस्था वालों ढोल बजा के सरकार दे कन्न खोलण की कोशिश की जा रही है। तुसी देख सकते हो हत्थां दे विच बैनर फड़े हुए ने, बिजली का बिल माफ, स्कूल की फीस, रेट, टैक्स, जो लोन, गड्डिया के जो किस्तां ने, उस तो बाद देख सकते हो किस तरह संस्था वालों बैनर फड़े हुए ने, राजाशाही छड्डो, लोगों नूं बचाओ। लेकिन इन्हां दा प्रदर्शन लगातार लोगों वालों प्रदर्शन किए जा रहे हैं सरकार के विरुद्ध। इस COVID-19 का प्रकोप आ पहला, उस तो बाद लोगों जो रोजगार नहीं, कारोबार बंद हो चुके ने, पर लोग की कर, लोग सड़कों पर ने, कितने सरकार कितने आ, सरकार की मांग कर रहे। तो गल करांगे संस्था दे की कहना, गल पे ढोल बजा रहे जी, कांग्रेस साडे गल पे गया, शहीदां मत्था टेकिया, शहीदां की गल याद आई, राजगुरु सुखदेव जी ते भगत सिंह जी, इन्हां दी गल याद आई। इन्होंने कहा कि गोरे गरे तो चल जाएंगे, काले आ जाएंगे, काले आ गए, सानू लुट रहे, इस महामारी च लुट रहे हैं। राशन वंडन NGO, लंगर वंडे NGO, दवाइया वंडन NGO, हर चीज लोगों की सेवा संभाल करे NGO, तो सरकार कहदे वास्ते रखी है। प्रियंका गांधी जी UP च कह रहे हैं कि बिजली के बिल माफ होने चाहिए है। जाखड़ साहब कह रहे हैं भी सेंटर सरकार 10,000 रुपया सारे अकाउंट पावे, बिल्कुल बिजली के बिल माफ पावे, पर पंजाब सरकार उल्ली लगी है, इन्हों मौत पैंदी है। पंजाब दे विच भी 10,000 रुपया सारे अकाउंटा च पाण, बिजली के बिल माफ करन, लोन दीआं किश्तां माफ करन, ते स्कूल दीआं फीसां। मैं स्कूल की फीसां ते इक गल कहांगा, सिंगला जी कहिंदे सीगे कि जेल करांगे जिहड़ा मंगूगा फीस, ते अज अंडर टेबल कि गल चल गई, सिर्फ घपले करन वास्ते रखी है। घपला कर, कभी शराब कटला, कभी बीज घोटाला, कभी रेत माफिया, कभी किहड़ा माफिया, असीं थक गए, असीं करोना तो लड़ लड़ के नहीं थके, असीं कांग्रेस तो थक गए। इस तों वड्डा वायरस कांग्रेस वायरस आ जा चुका। मैं लोगों नूं बेनती करांगा, जे तुसीं हुण इन्हां नूं जवाब ना दे पाए, जदों घर दा खुंडा खड़कान, तुसीं इन्हां नूं पुछो तुसीं साडे लई की कीता, तुसीं बिजली दे बिल माफ कीते, तुसीं साडियां लोन दीआं किश्तां माफ कीतियां, आ टैक्सी वालिआं नूं पुछो, लोग रोंदे पए टैक्सियां दे भाड़े नहीं दित्ते जा रहे, ते सरकार कह रही है कि असीं करोना मारता, करोना थोड़ा मारिया, तुसीं लोगों नूं मारता, करोना तो वधी जा रहा, क्यों वधी जा रहा, क्योंकि तुहाडा ध्यान अज पैसे कमाण दे विच लगा, ते असीं आ गल पिआ टोल वजाई जाणा, असीं उदों तक वजांदे रहांगे जद तक साडा हल ना आवै। देख रहे हो गल पे ढोल बजा रहे ने सरकार दा, लोग दुखी ने, की इन्हां दी होर की मुख मंगां ने, ओह भी गल करन दी कोशिश करांगे, कुछ औरतां भी साडे नाल, उन्हां नाल गल करांगे। मैडम सर, बिजली दे बिल नहीं हैगे साडे कोल देण नूं, ना तां लॉकडाउन करदे, जे इन्हां नूं पता सीगा भी इन्हां दे कोल नहीं हैगा कुछ भी लोकां दी, लोकां नूं सेफ करन लई, तां फिर इन्हां नूं लॉकडाउन करना ही नहीं चाहिदा सी। जे लॉकडाउन कीता ते फिर तुसी लोकां नूं प्रोटेस्ट भी करो ना, लोकां नूं देखो, लोक किन्ने परेशानियां च उलझ रहे है, महलां च बैठे नाल लोकां दे दुख नहीं दूर हो जाणे, लोक जिहड़े रहिंदे है उन्हां दे झुग्गियां भी खोह लैणी है सरकार ने, जिस हिसाब नाल सरकार चल रही है। की कहणा चाहुंदे भाई साहब, भाई कांग्रेस दी सरकार सुत्ती होई है, घोटाले ते घोटाले हो रहे ने, बुरा हाल है, लोगों दी जेबां च पैसा नहीं, ना फीसां देण नूं है, ना बिजली दे बिल देण नूं है, लोगों दी जेबां च इस टाइम रोटी खाण नूं, बच्चियां दे दुध चोगे तक पैसे नहीं हैगे। लेकिन कांग्रेस गौरमेंट की कर रही है, और ना तो फीसां माफ करी, पहला कहिंदे फीसां माफ करांगे, हुण फिर कहिंदे फीसां दिओ, स्कूलों वालिआं ने बुरा हाल कीता, स्कूल माफिया दे नाल कांग्रेस सरकार रली हुई है। इसे लिए असीं ढोल वजा रहे, गुरदीप सिंह गोशा जी दे नेतृत्व दे विच अज इक छोटा जिहा प्रोटेस्ट है, इह प्रोटेस्ट है भी शायद सुती हुई जिहड़ी कांग्रेस गौरमेंट है वह कहते गलती नाल जाग ही जावे, जिहड़ी 3 सालों तो सुती है, जिन्हें नशे नूं ठल नहीं पाई, जिन्हें हर किस्म के क्राइम नूं बढ़ावा दिता, जिन्हें रेत माफिया नूं उन्हें बहुत उच्चा चक्या, कला कला बंदा जिहड़ा है वह इन्ना परेशान है, शायद वह कितने जा जाए, साडा एक प्रतीकात्मक एक प्रोटेस्ट है जो असी कर रहे हैं कि जी कांग्रेस सुती ही जी गौरमेंट है वह शायद जाग जाए। कहना देखो जी, यूथ अकाली दल वालों जगराम पुल से ढोल बजा के प्रोटेस्ट किया जा रहा है कांग्रेस सरकार के खिलाफ। मैं सरकार को एक बेनती करनी चाहना कि स्कूल दीआं फीसां जिहड़ियां माफ़ कीतियां जाण, कोर्ट के फैसले की उलंघना
माफी की जाए क्योंकि पहला विजेंद्र सिंगला जी ने मंत्री साहब ने कहा कि फीसा नहीं लिखी जाएगी हूँ मैसेज आ रहे हैं और बच्चों जेड़ा इंटरनेट से पढ़ाया जा रहा है अखा के असर दिमाग के असर पै रहे हैं और बच्चे बिल्कुल नहीं पढ़ रहे और जी बिजली के बिल है वह भी माफ किए जा सरकार नूं यही बेनती है और अगर सरकार ये चीजा ते नकेल नहीं पाएगी यूथ अकाली दल वालों वड्डा प्रोटेस्ट करके सरकार नूं जगाने की कोशिश की जाएगी। बिल्कुल तुसीं देख सकते हो बैनर फड़े होने रेत घोटाला शराब घोटाला बीज घोटाला राशन घपला ट्रामा डोल घपला पीपी किटा का घपला सियासी बदलाखोरी पंजाब की जनता नाल की जा रही है जनता तरह तरह कर रही है जिथे लॉकडाउन कर रहे इन्हां चीजों का लॉकडाउन कर जिथे घोटाले हो रहे उत्थे लॉकडाउन कर लोगों नूं राहत देण फीसा स्कूल दीआं फीसां दे विच बिजली दे बिलां दे विच जिहड़े टैक्स पाए जा रहे हैं ईएमआई ब्याज ने ब्याजां च माफी दित्ती जावे घरेलू औरतों नूं घर चलाउणे औखे हो गए ने तुसीं देख सकते हो कुछ औरतां भी दुखी ने जिहड़ियां आईआं ने की कहना चाहुंदे। हाँ जी बिल्कुल सही गल है सरकार की तरफों सानू कोई हेल्प नहीं मिल रही है स्कूल चो सानू बार बार फोन आया जा रहा है ऑनलाइन बच्चों पढ़ाई कराई जा रही है असीं बुक्स तो बिना किदां पढ़ा देंगे और हुण साडे तो फीस की डिमांड की जाती है एडमिशन की डिमांड की जाती है और बिजली का बिल मैं एक सिंगल मदर हाँ मेरे वर्गे होर भी किन्ने लोग होणगे इदां दे असीं किदां स्ट्रगल कर रहे सी औखे सौखे पर सानू उम्मीद सी कि साडे नाल सरकार कुछ ना कुछ करेगी रहत पर साडे नाल कोई रहत नहीं कीती उन्होंने। बिल्कुल तुसीं देखिया किस तरह ना लोकां दा प्रदर्शन जाया लोकां दे विच रोस आ ढोल बज रहा सरकार सुने किते ढोल दी थाप नाले ढोल दे आवाज नाले कन्न खोले तां जो लोकां नूं राहत दित्ती जावे लोग जिहड़े परेशान ने लॉकडाउन तों परेशान ने करफ्यू तों परेशान ने कोविड-19 तों उन्ने परेशान नहीं जिन्ने हुण लोग करफ्यू तों ते कोविड तों परेशान नहीं करफ्यू लॉकडाउन जिहड़े कारोबार बंद हो चुके ने लोकां दा घरों निकलना बाहर मुश्किल हो चुक्या कई लोग रोज दी कमाई करके अपना घर का गुजारा करते उन्होंने कारोबार ठप हो चुके हैं सरकार नू चाहिए चाहे देश की सरकार आ चाहे सूबे की सरकार आ उन्होंने चाहिए इन्हों का ख्याल करे इन्हों की रोजी रोटी का इन्होंने बिजनेस जोड़े बंद हो चुके हैं ठप हो चुके हैं उन्होंने ख्याल रखे तो इन्हों का जोड़ा धंधा इन्हों इन्हों जे ब्याज माफ़ किए जा बिजली के बिल माफ़ किए जा जो होर प्रॉब्लम उन्होंने समस्या का हल किया जाए नहीं सरकार इसे तरह लोगों के रोस का सामना करना पेगा तस्वीरों के देख सकते हो किस तरह लोग जोड़े इतने प्रदर्शन कर रहे हैं ढोल लिया होया तो उन्होंने वालों लगातार सरकार को जगाने की कोशिश की जा रही है। गल पिया ढोल वजाया गया जिहा किया जा रहा है गुरदीप सिंह गोशा दे वल्लों कि गल पिया ढोल असीं वजा रहे हां मां बाप दे विच जिहड़ा गुस्सा तुसीं उहनां दीआं गल्लां सुणियां ने सिंगल पेरेंट्स ने अपना जिहड़ा दुख है वह बयान किया है। सिमरन जो लगातार सानूं कॉल्स आ रही ने मैनूं लगता कि पहलां आपां आम लोगों की भी सुन लैंदे हां जी की नाम है तुहाडा कित्थों बोल रहे हो हां जी सत श्रीकाल जी जिन्हें भी लोग अभी लुधियाने के प्रोटेस्ट कर रहे हैं 90% लोग जो इलेक्शन होंगे उन्होंने 500 रुपए की बोतल पीछे जाके उन्होंने वोट दे रखा है। सो यह चीजा भी देखो जे अज ना ना सुधरे जे अज आप सियाने ना अपने तो कि फिर अपना पंजाब का सामान बहार बैठे उ दुनिया खड़ी कर सकती है। सर तुहाडा यह कहना है कि शराब की बोतल लैके आम लोग वोट पा देंगे ने बहुत धन्यवाद तुसी समा दिता बहुत शुक्रिया फोन करने वास्ते जी होर बहुत सारे कॉलर सानू फोन कर रहे हैं उन्होंने भी कॉल्स ले लैने लगातार दर्शक
जिहड़े फोन कर रहे हैं प्राइवेट स्कूलों के वलों फीसां लईयां जा रही हैं। हालांकि मानयोग हाई कोर्ट का एक इहदे उत्ते जिहड़ा फैसला भी आउंदा है। असीं अगला कॉलर लै लैंदे हां जी। सति श्री अकाल जी, की नाम है तुहाडा, कित्थों बोल रहे हो? हैलो हैलो, हां जी हाँ जी जी, दसो अपनी गल रख सकते हो तुसी? हाँ जी हाँ जी, गल ये सरकार की कर रही है जी, छुट्टियां पई है सरकार, तो बाकी गल सही है जी, लोगों को परेशानी हो रही है। बिल्कुल हाँ जी हाँ जी, जिहड़ियां सरकारां जगराऊं शहर दे विच किट्टा सरेआम बिकदा जी। अच्छा जी, किट्टा नशा सरेआम बिक रहा जगराऊं शहर दे विच, कोई रोकथाम नहीं, पुलिस मुका रही है नाले। बिल्कुल 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 जी, ये असीं हमेशा आवाज चुकदे आए हैं इहदे खिलाफ भी। अज जिहड़ा मुद्दा है वह प्राइवेट स्कूलों के नाल जुड़िया होया, असीं प्राइवेट स्कूलों की गल कर रहे हैं। हाँ जी हाँ जी, जिहड़ा प्राइवेट स्कूल वह भी सरेआम सरकार, सरकार सरकारी स्कूल देख लो जी, कोई है सरकार स्कूल ही सहूलत दित्ती हुई, कोई टीचर नहीं पूरे, कोई कुछ नहीं, हुण लोकां नूं लुट्टी जा रहे हैं। बिल्कुल, बहुत धन्नवाद कॉल करन वास्ते। बहुत सारे कॉलर सिमरनजोत साडे नाल जुड़े ने जी, की नाम है जी तुहाडा, कित्थों बोल रहे हो? चीज बड़ी इंपोर्टेंट सी, क्योंकि असि काफी टाइम तो लॉकडाउन रह रहे हैं, कारोबार सारे टोटली बंद पे ने, मेरा इवेंट मैनेजमेंट का कारोबार है, अज कोई भी इवेंट नहीं हो सकता क्योंकि वो इवेंट दे विच क्राउड कठी होती है, तो डायरेक्शंस नू देखदे हुए ताकि ये बीमारी अगे ना फैले, असी उस चीज दे उपर हमेशा गवर्नमेंट दे नाल आ कि उहदे विच असी लॉकडाउन दे विच उहनां दीआं गाइडलाइंस नू फॉलो कर रहे हैं, पर सानू इक चीज जिहड़ी वो परेशान हुण कर रही है, असी एक एज ए मिडल क्लास फैमिली बिलोंग करदे हां, साडी कमाई बिल्कुल टोटली बंद हो चुकी है, पर साडे कोलों जिहड़ियां चीजां बेसिक ने वो चीजा दे वास्ते असीं खर्चे खुद कर रहे हैं, असीं फूड अपनी साइड तो जिहड़ियां सेविंग बनाईयां होईयां उहनां दे विचों असीं खा रहे हैं, असीं गवर्नमेंट तो उहदे वास्ते डिमांड नहीं करदे, बट जिहड़े असीं एक्सपेंसिस असीं वेयर कर रहे हैगे हां, लाइक जिद्दां स्कूलां दे असीं बच्चिआं नूं तां पढ़ावांगे, हमेशा पढ़ाउण दी हरेक पेरेंट्स दी इच्छा हुंदी है कि वधिया स्कूल दे विच पढ़ाया जावे, ते मैं अपने बच्चिआं नूं पढ़ा रहा, मेरे दो बेटियां आ ते मैं उहनां दोनां नूं पढ़ा रहा अच्छे स्कूल दे विच फगवाड़ा दे विच, बट मेरी एक अज रिक्वेस्ट हैगी है, मैनू स्कूल वालों ऑनलाइन साढ़े बच्चों नू शिक्षा दी आ रही है, अभी उस ऑनलाइन शिक्षा तो इन्ने सैटिस्फाइड तो है कि साढ़े बच्चे कंटिन्यूसली एजुकेशन के नाल जुड़े हुए हैं, उन्होंने इस उपराले नू असीं हमेशा एप्रीशिएट किया, बट उन्होंने कोलो जिहड़ियां सर्विसेज सानू मिल रही है वो फुल फ्लैज सर्विसेज नहीं मिल रही, बट जिहड़ी साढ़े तो फीस डिमांड कर रहे हैं तो वो फुल फ्लैज कर रहे हैं। अज ऑनलाइन स्टडी दे विच पेरेंट्स नू इनवॉल्व होना पैंदा है बच्चे नू पढ़ाण वास्ते, टीचर्स ता 5 मिनट दे विच एक ग्रुप बनाए हुए आ ते उहदे विच अपना टेलीकास्ट कर दिंदे हैगे आ, सेंड कर दिंदे अपना जिहड़ा प्रोजेक्ट बच्चिआं वास्ते, पर वो प्रोजेक्ट उन्नी देर तक कंप्लीट नहीं हो पाऊगा, वो एजुकेशन उन्नी देर तक कंप्लीट नहीं हो पाऊगी जिन्नी देर पेरेंट्स उहनू बच्चे नू बिठा के उस प्रोजेक्ट दे उपर वर्क ना करवाण, असी सारा टाइम भी दे रहे हैं बच्चों एजुकेशन कंप्लीट कराने, बट सानू जिहड़ी त्रासदी लग रही है त्रासदी ये है कि इस टाइम दे विच असी जा रहे हैं लॉस दे विच, बच्चों इनवॉल्व हो रहे हैं अपनी उन्होंने पढ़ाई कराने दे विच, पर स्कूलों की मंशा अज भी यही है कि असी प्रॉफिट वाली शेप च जाइए, वो ये नहीं सोच रहे कि सारी दुनिया इस टाइम लॉस दे विच है, जे अज वो एक धर्म के नाते ह्यूमनिटी के नाते ये जे एजुकेशन सर्कुलेट करते हैं तो वह कितना अच्छा होएगा, जे इन्ने साल काफी सालों तो वह कमा रहे हैं साढ़े को, अभी कभी मतलब इन्ने साल तो माँ बाप तो एक मोटी रकम वसूली जा रही है एडमिशन फीस के नाम पे या होर वीजा के नाम पे, उस चीज नु पे कर रहे हैं, बट अज जे साढ़े ते हार्ड टाइम आया उन्होंने कितने भी सानू बाह नहीं फड़ी, साड़ी कोई हेल्प नहीं की, ਉਹ ਅਸੀਂ ਇਸ ਗੱਲ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਜਿਹੜੇ ਟੀਚਰਸ ਹੈ ਉਹ ਸਾਨੂੰ ਪ੍ਰੋਜੈਕਟ ਭੇਜ ਰਹੇ ਸਾਡੇ ਬੱਚਿਆਂ ਨੂੰ, ਅਸੀਂ ਇਹ ਵੀ ਚਾਹਾਂਗੇ ਕਿ ਉਹਨਾਂ ਟੀਚਰਸ ਨੂੰ ਉਹਨਾਂ ਦੀ ਸੈਲਰੀ ਮਿਲੇ, ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ ਕਿਉਂਕਿ ਉਹਨਾਂ ਨੇ ਜੌਬ ਕੀਤੀ ਹੈ, ਬਟ ਅਸੀਂ ਪੇ ਕਰ
ਕਰਨ ਨੂੰ ਪੂਰੇ ਇਸ ਕਰਕੇ ਰੈਡੀ ਨਹੀਂ। ਸਾਡੀ ਜਿਹੜੀ ਤਰਾਸਦੀ ਹੈ ਕਿ ਜਦ ਪੇਰੈਂਟਸ ਐਂਡ ਬੱਚਿਆਂ ਦਾ ਮਿਲ ਕੇ ਇੱਕ ਟੁਗੈਦਰਨੈਸ ਦੇ ਨਾਲ ਬੱਚੇ ਬਣਾਏ ਜਾ ਰਹੇ ਆ, ਪਰ ਜਿਹੜੇ ਸਕੂਲ ਆ ਡਿਮਾਂਡ ਕਰ ਰਹੇ ਆ ਫੁੱਲ ਫਲੈਜਡ ਫੀਸ, ਜਦਕਿ ਉਹਨਾਂ ਨੂੰ ਕਰਨਾ ਚਾਹੀਦਾ ਨੋ ਪ੍ਰੋਫਿਟ ਨੋ ਲੋਸ ਦੇ ਵਿੱਚ। ਜਾਂ ਹਾਂ ਅਸੀਂ ਕਵਾਂਗੇ ਕਿ ਉਹਨਾਂ ਦੇ ਟੀਚਰਸ ਨੂੰ ਉਹਨਾਂ ਨੇ ਸੈਲਰੀ ਦੇਣੀ ਆ, ਇੱਕ ਕਲਾਸ ਦੇ ਉੱਪਰ ਇੱਕ ਟੀਚਰ ਹੋਏਗਾ, ਸਾਰੇ ਉਹਨਾਂ ਦੇ ਇੱਕ ਇੱਕ ਅਸਿਸਟੈਂਟ ਹੋਏਗਾ ਹਰੇਕ ਕਲਾਸ ਦੇ ਉੱਪਰ, ਮੰਨ ਕੇ ਚੱਲਦੇ ਹਾਂ ਅਸੀਂ। ਉਹਨਾਂ ਦੀਆਂ ਫੀਸਿਸ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸੈਲਰੀਜ਼ ਉਹਨਾਂ ਨੂੰ ਪੇ ਕਰਨ, ਸਾਡੇ ਕੋਲੋਂ ਜੋ ਉਹਨਾਂ ਦਾ ਖਰਚਾ ਟੋਟਲ ਬਣਦਾ ਹੈ ਉਹਨੂੰ ਨੰਬਰ ਆਫ ਡਿਵਾਈਡ ਸਟੂਡੈਂਟਸ ਦੇ ਨਾਲ ਡਿਵਾਈਡ ਕਰਕੇ ਉਨੇ ਪੈਸੇ ਹੀ ਸਾਡੇ ਤੋਂ ਲੈਣੇ ਚਾਹੀਦੇ ਆ, ਜਦਕਿ ਉਹ ਸਾਡੇ ਤੋਂ ਡਬਲ ਡਿਮਾਂਡ ਕਰਦੇ। ਠੀਕ ਹੈ, ਬਿਲਕੁਲ, ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਹੋਰ ਕਾਲਰ ਵੀ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਦੀਆਂ ਵੀ ਕਾਲਸ ਲੈ ਲੈਂਦੇ ਹਾਂ। ਲਗਾਤਾਰ ਤੁਸੀਂ ਸਾਨੂੰ ਫੋਨ ਕਰ ਰਹੇ ਹੋ, 9300 56 9300 56, ਤੇ ਬੜੀ ਵਾਜਬ ਗੱਲ ਇਹ ਕਰ ਰਹੇ ਸੀਗੇ। ਸਕੂਲਸ ਦਾ ਪੱਖ ਵੀ ਅਸੀਂ ਸੁਮਨ ਦਿਖਾਇਆ, ਇਹ ਨਹੀਂ ਹੈ ਕਿ ਅਸੀਂ ਵਨ ਸਾਈਡਡ ਗੱਲ ਨਹੀਂ ਕੀਤੀ, ਅਸੀਂ ਬਕਾਇਦਾ ਤੌਰ ਤੇ ਪ੍ਰਾਈਮ ਟਾਈਮ ਦੇ ਵਿੱਚ ਸਕੂਲ ਦਾ ਪੱਖ ਵੀ ਇਹਦੇ ਤੇ ਜ਼ਰੂਰ ਦਿਖਾਇਆ ਸੀਗਾ। ਅਗਲੇ ਕਾਲਰ ਜੁੜੇ ਨੇ, ਆਪਣੀ ਆਵਾਜ਼ ਜੇ ਟੀਵੀ ਤੇ ਦੇਖ ਰਹੇ ਹੋ ਤਾਂ ਟੀਵੀ ਦੀ, ਜੇ ਫੋਨ ਤੇ ਦੇਖ ਰਹੇ ਹੋ ਤਾਂ ਫੋਨ ਦੀ ਆਵਾਜ਼ ਬੰਦ ਕਰ ਦਿਓ ਜੀ। ਹੈਲੋ, ਹਾਂਜੀ ਸਰ। ਹਾਂਜੀ ਮੈਮ, ਕੀ ਕਹਿਣਾ ਤੁਹਾਡਾ? ਮੈਮ ਦੇਖੋ ਜੀ, ਮੈਂ ਆਪਣੀ ਹੀ ਜਿਹੜੀ ਪ੍ਰੋਬਲਮ ਆ ਉਹ ਸ਼ੇਅਰ ਕਰਨਾ ਚਾਹੂੰਗੀ। ਬਿਲਕੁਲ ਜੀ, ਮੇਰੀ ਦੇਖੋ ਘਰ ਦੀ ਪਹਿਲਾਂ ਤਾਂ ਸਾਡੀ ਇੰਸਟਾਲਮੈਂਟ ਜਾਂਦੀ ਆ ਜੀ, ਸਾਡੀ ਆਪਣੀ ਘਰ ਦੀ ਇੰਸਟਾਲਮੈਂਟ 13-14 ਹਜ਼ਾਰ ਸਾਡੀ ਮੰਥਲੀ ਇੰਸਟਾਲਮੈਂਟ ਜਾਂਦੀ ਆ, 2 ਮਹੀਨੇ ਦੀ ਸਾਡੀ ਇੰਸਟਾਲਮੈਂਟ ਰਹਿੰਦੀ ਆ, ਫਿਰ ਮੇਰੀ ਬੇਟੀ ਦੀ 5.5 ਹਜ਼ਾਰ ਫੀਸ ਆ ਇੱਕ ਮੰਥ ਦੀ ਜੀ। ਸਰਕਾਰ ਇਹ ਸੋਚੇ ਨਾ ਕਿ ਮੈਨੂੰ ਹੁਣ ਮੈਨੂੰ ਖੁਦ ਨੂੰ ਪ੍ਰੋਬਲਮ ਹੈ, ਬਾਕੀ ਨੂੰ ਪਤਾ ਨੀ ਹੋਰ ਕਿੰਨੀਆਂ ਪ੍ਰੋਬਲਮ ਹੋਣੀ ਆ, ਹੁਣ ਕਿਸੇ ਦੀ ਇੰਸਟਾਲਮੈਂਟ ਵੀ ਹੋਏਗੀ, ਕਿਸੇ ਵਹੀਕਲ ਦੀ ਵੀ ਹੋਏਗੀ, ਸਕੂਲ ਦੀ ਵੀ ਹੋਊਗੀ, ਸਕੂਲ ਵਾਲੇ ਵੀ ਨੀ ਸਮਝ ਰਹੇ। ਅਗਰ ਸਕੂਲ ਦੇ ਟੀਚਰਸ ਨੂੰ ਨੀ ਫੀਸਾਂ ਮਿਲੀਆਂ ਤਾਂ ਜੋ ਅਸੀਂ ਇੰਪਲੋਏ ਆ ਪੇਰੈਂਟਸ ਨੇ ਉਹਨਾਂ ਨੂੰ ਵੀ ਨੀ ਕਿਤੋਂ, ਉਹਨਾਂ ਦੀ ਕਿਤੇ ਸੈਲਰੀ ਨੀ, ਉਹਨਾਂ ਦੀ ਵੀ ਨੀ ਆਈ ਅਗਰ ਟੀਚਰਸ ਨੂੰ ਨੀ ਸੈਲਰੀ ਮਿਲ ਰਹੀ ਤਾਂ ਜੀ। ਤੇ ਗੌਰਮੈਂਟ ਨੂੰ ਸੋਚਣਾ ਚਾਹੀਦਾ, ਅਗਰ ਟੀਚਰਸ ਨੂੰ ਸੈਲਰੀ ਦੇਣ ਲਈ ਉਹ ਫੀਸਾਂ ਲੈ ਰਹੇ ਨੇ ਤਾਂ ਪੇਰੈਂਟਸ ਨੂੰ ਵੀ ਫੀਸਾਂ ਦੇਣ ਲਈ ਕੁਛ ਨਾ ਕੁਛ ਇਹਨਾਂ ਨੂੰ ਇੰਤਜ਼ਾਮ ਕਰਨੇ ਚਾਹੀਦੇ ਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਵਾਜਬ ਗੱਲ ਕਰ ਰਹੇ ਜੀ। ਇਹਨਾਂ ਨੂੰ ਬਿਲਕੁਲ ਕਿਸੇ ਨੂੰ ਕੋਈ ਸਰਕਾਰ ਨੂੰ ਨੀ ਪਤਾ, ਪਹਿਲਾਂ ਫੀਸਾਂ ਮਾਫ਼ ਕਰ ਦਿੰਦੇ ਨੇ, ਫਿਰ 70% ਕਹਿ ਰਹੇ ਨੇ, ਬਟ ਸਕੂਲ ਵਾਲੇ 70% ਫੀਸਾਂ ਲੈ ਨੀ ਰਹੇ, ਪਹਿਲਾਂ ਕਿੰਨੀ ਫੀਸ ਜਾਂਦੀ ਸੀ ਮਹੀਨੇ ਦੀ ਤੁਹਾਡੇ ਬੱਚੇ ਦੀ? ਐਕਚੁਅਲੀ ਹਜੇ ਹੁਣ ਨਿਊ ਐਡਮਿਸ਼ਨ ਹੈ, ਮੇਰੀ ਬੇਟੀ ਬਹੁਤ ਛੋਟੀ ਹੈ ਹਜੇ, LKG ਚ ਹੈ, ਤੇ ਉਹਦੀ 5-9 ਫੀਸ ਹੈ। ਇਹ ਪਹਿਲੀ ਵਾਰ ਜਾ ਰਹੀ ਸੀ? ਪਹਿਲੀ ਵਾਰ ਜਾ ਰਹੀ ਸੀ ਇਸ ਸਕੂਲ ਚ? ਹਾਂਜੀ ਹਾਂਜੀ। ਤਾਂ ਤੁਹਾਨੂੰ ਫੀਸ ਕਿੰਨੀ ਦੱਸੀ ਗਈ ਸੀ ਟੋਟਲ ਫੀਸ? ਜਿੰਨੀ ਫੀਸ ਸਾਨੂੰ ਦੱਸੀ ਗਈ ਸੀ ਓਨੀ ਹੀ ਸਾਡੇ ਤੋਂ ਮੰਗ ਰਹੇ ਨੇ ਹੁਣ ਵੀ। ਕਿੰਨੀ ਸੀ ਉਹ ਅਮਾਉਂਟ? 70% ਦੇ ਅਕੋਰਡਿੰਗ ਵੀ ਹੁਣ ਵੀ ਓਨੀ ਹੀ ਮੰਗ ਰਹੇ ਨੇ ਸਾਡੇ ਤੋਂ ਫੀਸ। ਕਿੰਨੀ ਅਮਾਉਂਟ ਹੈ ਹੁਣ? ਕਿੰਨੀ ਅਮਾਉਂਟ ਹੈ ਹੁਣ? ਉਹ 3 ਮਹੀਨੇ ਦਾ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਵਿੱਚ 15,870 ਮੈਂਸ਼ਨ ਕੀਤਾ ਹੋਇਆ 3 ਮਹੀਨੇ ਦਾ। ਮੈਂ ਨਹੀਂ ਚਾਹੁੰਦਾ ਤੁਸੀਂ ਆਪਣੀ ਆਈਡੈਂਟੀ ਦੱਸੋ ਤਾਂ ਜੋ ਤੁਹਾਡਾ ਨੁਕਸਾਨ ਨਾ ਕੋਈ ਹੋਵੇ, ਪਰ ਤੁਹਾਡੇ ਹਸਬੈਂਡ ਜਾਂ ਤੁਸੀਂ ਦੋਨੋਂ ਵਰਕਿੰਗ ਹੋ ਜਾਂ ਤੁਹਾਡਾ ਕੋਈ ਵਪਾਰ ਹੈ? ਹਾਂਜੀ ਦੋਨੋਂ, ਦੇਖੋ ਵਰਕਿੰਗ ਆ, ਸਾਨੂੰ ਆਨਲਾਈਨ ਕਲਾਸਿਸ ਲਈ ਬਹੁਤ ਪ੍ਰੋਬਲਮ ਆ ਰਹੀ ਹੈ, ਬਿਕੋਜ਼ ਹੁਣ ਜਿੱਥੇ ਬੱਚੇ ਛੱਡ, ਮੇਰਾ ਜਦੋਂ ਪਹਿਲਾਂ ਕਰਫਿਊ ਸੀਗਾ ਆਨਲਾਈਨ ਕਲਾਸਿਸ ਲੱਗਦੀਆਂ ਸੀ, ਮੇਰਾ ਛੋਟਾ ਜਿਹਾ ਬੇਟਾ ਆ 1.5 ਸਾਲ ਦਾ, ਬੇਟੀ ਮੇਰੀ ਸਕੂਲ ਜਾਣ ਲਈ ਹੁਣ ਰੈਡੀ ਹੋਈ ਹੈ, ਉਹ ਦੋਨਾਂ ਬੱਚਿਆਂ ਨਾਲ ਸਾਨੂੰ ਬਹੁਤ ਮੈਨੇਜ ਕਰਨਾ ਪੈਂਦਾ ਸੀਗਾ। ਤਨਖਾਹ ਮਿਲਦੀ ਰਹੀ ਹੈ ਪੂਰੀ? ਹਾਂਜੀ ਉਹਨਾਂ ਨੇ ਸਾਨੂੰ ਮਤਲਬ ਸੈਲਰੀ ਥੋੜੀ ਉਹਨਾਂ ਨੇ ਘੱਟ ਕਰਤੀ ਸੀ, ਬਟ ਮੈਂ ਇੰਸੈਂਟਿਵ ਬੇਸ ਸੀ, ਉਹਨਾਂ ਨੇ ਮੇਰਾ ਇੰਸੈਂਟਿਵ ਪਲੱਸ ਕਰਤਾ ਸੀ। ਲੇਕਿਨ ਫਿਰ ਤੁਹਾਨੂੰ ਹੁਣ 15,000 ਉਹ ਦੇਣ ਚ ਮੁਸੀਬਤ ਆ ਰਹੀ, ਮੁਸ਼ਕਿਲ ਲੱਗ ਰਹੀ ਹੈ? ਹਾਂਜੀ 15,000 ਉਹ ਦੇਣ ਵਿੱਚ ਇੰਸਟਾਲਮੈਂਟ 2 ਮਹੀਨੇ ਦੀ ਮਕਾਨ ਦੀ ਵੀ ਖੁਦ ਦੀ ਰਹਿੰਦੀ ਹੈ, ਫਿਰ ਘਰ ਦਾ ਖਰਚਾ ਅਲੱਗ ਤੋਂ, ਉਹ ਕੌਣ ਕਰੇਗਾ, ਗੌਰਮੈਂਟ ਨੇ ਤਾਂ ਨਹੀਂ ਕਰਨਾ। ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਹੈ। 12-13,000 ਸੁਮਨ ਇਹ ਕਹਿ ਰਹੇ ਕਿ ਇਹਨਾਂ ਦੀ ਮੰਥਲੀ ਇੰਸਟਾਲਮੈਂਟ ਜਾਂਦੀ ਹੈ ਘਰ ਦੀ, ਤਾਂ 2 ਮਹੀਨੇ ਦੀ ਉਹ ਪੈਂਡਿੰਗ ਪਈ ਹੈ, 3ਜਾ ਮਹੀਨਾ ਵੀ ਚੜ੍ਹਨ ਵਾਲਾ ਹੋ ਗਿਆ। ਆਪਾਂ ਇਹ ਵੀ ਦੇਖੀਏ ਕਿ ਅਗਲਾ ਮਹੀਨਾ ਵੀ, ਅੱਜ ਸਾਡਾ 60 ਅਸੀਂ ਆਪਣਾ ਜੋ ਹਿਸਾਬ ਲਗਾਇਆ ਸਾਡਾ ਅਪਰੋਕਸੀਮੇਟ 60,000 ਸਕੂਲ ਫੀਸ, ਔਰ ਸਾਡਾ 3 ਮਹੀਨੇ ਦਾ ਸਕੂਲ ਫੀਸ, 3 ਮਹੀਨੇ ਦੀ ਇੰਸਟਾਲਮੈਂਟ ਸਾਡਾ 60,000 ਹੈ।
मैं माफी चाहना थोड़े तो, हालांकि पूछना नहीं चाहिदा, ये ठीक नहीं हुंदा पूछना, लेकिन जे तुसी दसना चाहो ता तुहाडी तनखा दोनों दी मिला के घर च किन्ना किन्ने पैसे आ जांदे है? एक्चुअली सर ऐसा है कि मेरे हस्बैंड जेड़े ने उन्हां दा सैलरी घट है, बट उन्हां दा इंसेंटिव बेस अच्छा है काफी। लेकिन हां होना दो महीने कोई बहुता काम नहीं होया होना, तां बहुता इंसेंटिव नहीं आए होने। बहुता कि जो थोड़ा घर चलदा मेरे हस्बैंड इंसेंटिव ते चलदा, मेरे नाल मेरे घर मेरे कुछ काम करना कुछ नहीं असीं करदे। ए पैन जी तुहाडे तों मैं इस करके सवाल कर रहा, सुमन बहुत सारे परिवार जिस तरह ये कह रहे ने ना, मेजोरिटी परिवार इसे तरह ही चलते है, हैंड टू माउथ हुंदा बंदा, जिन्ने क सैलरी हुंदी है जिन्ना क पैसा हस्बैंड वाइफ मिलके कमांदे ने उस हिसाब नाल किसे दी कोई घर दी किश्त है, किसे दी गड्डी दी किश्त है, बच्चियां दी फीसां जांदियां हुंदियां, फिर घर दा राशन पानी, अजकल किचन बहुत महंगी हो गई है, किचन चलानी सौखी नहीं है, तुसी जे सब्जी लैण जाओ तां 500 दा नोट पता ही नहीं लगदा तुहानूं, जदों तुसी फ्रूट लैंड जांदे रहो तां 2000 वाले दा नहीं पता लगदा ते सब्जी च 500 दे नोट दा। बच्चियां वाले घर तां वैसे भी नहीं पता लगदा, दोनों बच्चे बहुत छोटे ने, दोनों बच्चे डिमांडिंग ने, बच्चियां नूं समझाना बहुत मुश्किल आ, ते हुण ऑनलाइन क्लासेस जिहड़ियां लग रहीयां ने उहदे विच की प्रॉब्लम आ रही है, हस्बैंड वाइफ दोनों असीं ऑफिस जा रहे हैं, पिछों घर कोई नहीं है, बच्चियां नूं उहनां दे नानके छड के आने हैं, मतलब थोड़ा दूरी तक घर है, उत्ते हुण उहनां दे जिहड़े नानी मम्मा ने उहनां नूं इन्ना नहीं पता कि किद्दां क्लास लगानी है, जूम ते क्लास लगदी है, किद्दां बच्चे नूं पढ़ाना, उह बहुत ज्यादा मतलब प्रॉब्लम बहुत सारी हो रही है, नहीं जानदे सिमरन जो कि जूम ते किद्दां। देखो ये जिहड़ी कॉल है भैन जी, ਤੁਸੀਂ ਬਹੁਤ ਸ਼ੁਕਰੀਆ ਸਾਨੂੰ ਫੋਨ ਕੀਤਾ, ਇਹ ਸਰਕਾਰਾਂ ਦੀਆਂ ਅੱਖਾਂ ਖੋਲਦੀ ਹੈ ਕਾਲਰ ਜਿਹੜੇ ਨੇ, ਅਸੀਂ ਅਸੀਂ ਨਹੀਂ ਚਾਹੁੰਦੇ ਤੁਸੀਂ ਆਪਣਾ ਨਾਮ ਜਾਂ ਕੁਝ ਦੱਸੋ, ਪਰ ਤੁਹਾਡੀ ਇਹ ਕਾਲ ਜੀ, ਹਾਂਜੀ ਮੈਂ ਨਾ ਬਹੁਤ ਟਾਈਮ ਤੋਂ ਤੁਹਾਡੇ ਨਾਲ ਕੰਟੈਕਟ ਹੋਣਾ ਚਾਹੁੰਦੀ ਸੀ, ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ ਕਿ ਮੈਨੂੰ ਜਿਹੜੀ ਪ੍ਰੋਬਲਮ ਮੈਨੂੰ ਆ, ਮੈਨੂੰ ਹਜੇ ਤੱਕ ਕਿਤੇ ਮੈਨੂੰ ਪੰਜਾਬ 'ਚ ਕਿਸੇ ਨੇ ਇਹ ਚੀਜ਼ ਸੁਣੀ ਨਹੀਂ ਮੈਂ ਕਿਸੇ ਦੀ ਕਿ ਕਿਸੇ ਨੂੰ ਇੰਨੀ ਪ੍ਰੋਬਲਮਸ ਆ ਰਹੀਆਂ ਨੇ, ਮੈਂ ਸੋਚਦੀ ਸੀ ਸਿਰਫ ਮੈਨੂੰ ਹੀ ਪ੍ਰੋਬਲਮਸ ਆਉਣੀਆਂ ਨੇ ਜਾਂ ਹੋਰ ਵੀ ਕੋਈ ਹੈ ਜਾਂ ਕੋਈ ਅੱਗੇ ਨਹੀਂ ਆ ਰਿਹਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਸੁਮਨ, ਇਹ ਘਰ ਘਰ ਦੀ ਸਮੱਸਿਆ, ਇਹ ਕਾਲ ਸਿਰਫ ਇੱਕ ਘਰ ਦੀ ਕਾਲ ਨਹੀਂ ਹੈ ਜਾਂ ਇਸ ਭੈਣ ਦੀ ਕਾਲ ਨਹੀਂ ਹੈ ਇਕੱਲੀ, ਇਹ ਮੈਜੋਰਟੀ ਪਰਿਵਾਰ ਨੇ ਜਿਹੜੇ ਮਿਡਲ ਕਲਾਸ ਲੋਅਰ ਮਿਡਲ ਕਲਾਸ ਫੈਮਿਲੀਜ਼ ਹੈ, ਕਿਉਂਕਿ ਅਸੀਂ ਜਦੋਂ ਥੋੜ੍ਹਾ ਜਿਹਾ ਚੰਗਾ ਅਰਨ ਕਰਨਾ ਸ਼ੁਰੂ ਕਰਦੇ ਹਾਂ ਤਾਂ ਮੋਸਟ ਆਫ ਦਾ ਪੀਪਲ ਉਹ ਆਪਦੇ ਖਰਚੇ ਵੀ ਵਧਾਉਂਦੇ ਹੈ, ਹਰੇਕ ਦੀ ਖੁਆਇਸ਼ ਹੁੰਦੀ ਹੈ ਕਿ ਉਹਦਾ ਆਪਣੀ ਛੱਤ ਹੋਵੇ ਘਰ ਹੋਵੇ, ਹਰੇਕ ਦੀ ਇਹ ਵੀ ਖੁਆਇਸ਼ ਹੈ ਕਿ ਉਹਦੇ ਕੋਲ ਗੱਡੀ ਵੀ ਹੋਵੇ, ਤਾਂ ਜਦੋਂ ਤੁਸੀਂ 15-20 ਹਜ਼ਾਰ ਤਨਖਾਹ ਤੋਂ ਥੋੜ੍ਹਾ ਜਿਹਾ ਅਬਵ ਉੱਪਰ ਨੂੰ ਜਾਂਦੇ ਹੋ, 30-40 ਹਜ਼ਾਰ 50 ਹਜ਼ਾਰ ਵੱਲ ਜਦੋਂ ਇਨਸਾਨ ਵੱਧਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਇਹਨਾਂ ਖੁਆਇਸ਼ਾਂ ਨੂੰ ਪੂਰਾ ਕਰਨ ਦਾ ਸੁਪਨਾ ਲੈਂਦਾ, ਉਹ ਜਾਂ ਤਾਂ ਆਪਣਾ ਘਰ ਲੈਂਦਾ ਜਾਂ ਗੱਡੀ ਲੈਂਦਾ ਜਾਂ ਕੋਈ ਵਾਈਫ ਵਾਸਤੇ ਐਕਟਿਵਾ ਲਿਆ ਜਾਂ ਹੋਰ ਲਿਆ, ਤਾਂ ਉਹਨਾਂ ਸਾਰਿਆਂ ਦੀਆਂ ਕਿਸ਼ਤਾਂ ਜਾਂਦੀਆਂ। ਦੂਜਾ ਜਿਸ ਤਰ੍ਹਾਂ ਇਹ ਕਹਿ ਰਹੇ 2 ਛੋਟੇ ਬੱਚੇ ਹੈ, ਜੇ ਆਮ ਕਿਤੇ ਜਵਾਕ ਦਾ ਨਿਆਣੇ ਦਾ ਕੋਈ ਡਾਇਪਰ ਲੈਣ ਜਾਣਾ ਹੋਵੇ ਤਾਂ 150-200 ਰੁਪਇਆ ਉਹਦੇ 'ਤੇ ਲੱਗ ਜਾਂਦਾ, ਅਤੇ ਉਹ ਹਫ਼ਤੇ ਦੇ ਵਿੱਚ ਉਹ ਕਿੱਥੇ ਜਾਂਦਾ ਔਰ ਉਹ ਪੈਸਾ ਕਿੱਥੇ ਗਿਆ, ਪਾਣੀ ਤਰ੍ਹਾਂ ਪੈਸਾ ਜਾਂਦਾ, ਬੰਦੇ ਨੂੰ ਪਤਾ ਨਹੀਂ ਲੱਗਦਾ। ਇਸ ਮੁਸੀਬਤ ਨੂੰ ਨਾ ਤਾਂ ਕੇਂਦਰ ਦੀ ਸਰਕਾਰ ਨੇ ਦੇਖਿਆ, ਨਾ ਸਾਡੀ ਸੂਬੇ ਦੀ ਸਰਕਾਰ ਨੇ ਬਚਿਆ। ਕੇਂਦਰ ਸਰਕਾਰ ਤਾਂ ਹੁਣ ਇਹ ਕਰ ਰਹੀ ਹੈ ਕਿ ਸੂਬਿਆਂ ਤੋਂ ਜਿਹੜਾ ਫੈਡਰਲ ਸਟਰਕਚਰ ਹੈ ਉਹਦੇ ਤੋਂ ਪਾਵਰਾਂ ਖੋ ਕੇ ਆਪਦੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਹਦੇ ਤਹਿਤ ਜਿਹੜਾ 20 ਲੱਖ ਕਰੋੜ ਵਾਲਾ ਮੋਦੀ ਸਾਹਿਬ ਨੇ ਉਹ ਏਡਾ ਵੱਡਾ ਜਿਵੇਂ ਟਿੱਡੀ ਦਲ ਆਇਆ ਨਾ ਪਾਕਿਸਤਾਨ ਤੋਂ, ਇਹ ਮੋਦੀ ਸਾਹਿਬ ਨੇ ਟਿੱਡੀ ਦਲ ਤੋਂ ਵੀ ਵੱਡਾ ਦਲ ਸਾਨੂੰ 20 ਲੱਖ ਕਰੋੜ ਵਾਲਾ ਦੇ ਕੇ ਭੇਜਿਆ ਸੀ, ਜਿਹੜਾ ਗੇੜਾ ਕੱਢ ਕੇ ਆ ਜੈਪੁਰ ਥਾਣੀ ਦੀ ਹੋ ਕੇ ਹੁਣ ਵਾਪਸ ਇੱਧਰ ਨੂੰ ਨਾ ਬੀਕਾਨੇਰ ਤੋਂ ਹੋ ਕੇ ਗੰਗਾਨਗਰ ਤੋਂ ਅਬੋਹਰ ਮੁਕਤਸਰ ਹੋ ਕੇ ਵਾਪਸ ਪਾਕਿਸਤਾਨ ਨੂੰ ਜਾਣਾ ਇਹਨੇ, ਇਹ 20 ਲੱਖ ਕਰੋੜ ਐਂ ਕਿਤੇ ਘੁੰਮ ਫਿਰ ਕੇ ਨਾ ਵਾਵਰੋਲੇ ਤਰ੍ਹਾਂ ਹੋ ਕੇ ਤੇ ਕਿੱਧਰ ਤੁਰ ਗਿਆ ਪਤਾ ਨਹੀਂ ਲੱਗਿਆ। ਬਹੁਤ ਸ਼ੁਕਰੀਆ ਜੀ ਤੁਸੀਂ ਫੋਨ ਕੀਤਾ, ਔਰ ਇਹ ਕਿਸੇ ਨੇ ਇਹ ਨਹੀਂ ਦੇਖਿਆ ਕਿ ਜਿਹੜਾ ਮਿਡਲ ਕਲਾਸ ਹੈ, ਜਿਹੜਾ ਲੋਅਰ ਮਿਡਲ ਕਲਾਸ ਹੈ, ਜਿਹਦੇ ਸਿਰ ਦੇ ਉੱਤੇ ਇਸ ਤਰ੍ਹਾਂ ਦੇ ਕਰਜ਼ੇ ਨੇ, ਅਸੀਂ ਖੇਤ ਮਜ਼ਦੂਰਾਂ ਦੀ ਵੀ ਗੱਲ ਕੀਤੀ, ਖੇਤ ਮਜ਼ਦੂਰਾਂ ਨੇ ਸੁਮਨ 2-2, 4-4 ਹਜ਼ਾਰ ਦੀਆਂ ਕਿਸ਼ਤਾਂ ਛੋਟੇ ਲੋਨ ਦੀਆਂ ਮੋੜਨੀਆਂ, ਪੈਸਾ ਮੋੜਿਆ ਕਿਵੇਂ ਜਾਣਾ, ਇਹ ਤਾਂ ਕਹਿਤਾ ਕਿ 3-3 ਮਹੀਨੇ ਤੱਕ ਕੋਈ ਨਹੀਂ ਮੰਗੂਗਾ, ਕਹਿਣ ਨਾਲ ਦੇਖੋ ਕਹਿਣ ਨਾਲ ਕੁਛ ਨਹੀਂ ਹੋਇਆ, ਲੋਕਾਂ ਦੇ ਘਰਾਂ ਚ ਫਾਈਨਾਂਸ ਕੰਪਨੀਆਂ ਵਾਲੇ ਪਹੁੰਚ ਗਏ ਹੈ, ਰੋਜ਼ ਪਿੰਡ ਚ ਬੰਦੇ ਜਲੀਲ ਹੋ ਰਹੇ ਹੈ। ਤੁਹਾਡੇ ਯਾਦ ਹੋਣਾ ਲੁਧਿਆਣਾ ਚ ਇੱਕ ਸ਼ਖਸ ਨੇ ਸੁਸਾਈਡ ਕਰ ਲਿਆ, ਉਹਨੂੰ ਬੈਂਕ ਚੋਂ ਨੌਕਰੀ ਚੋਂ ਕੱਢਤਾ ਸੀਗਾ, 8-9 ਸੁਸਾਈਡ ਆਰਥਿਕ ਤੌਰ ਤੇ ਤੰਗੀ ਕਰਕੇ ਪੰਜਾਬ ਹੁਣ ਤੱਕ ਹੋ ਚੁੱਕੇ ਨੇ। ਸੋ ਸਿਰਫ ਗੱਲਾਂ ਦਾ ਕੜਾਹ ਬਣਿਆ ਇੱਥੇ, ਔਰ ਉਹਦੇ ਵਿੱਚ ਆਮ ਬੰਦੇ ਨੂੰ
ਸਾਡੇ ਗਵਾਂਢੀ ਮੁਲਕ ਨੂੰ ਗਰੀਬ ਤੇ ਲਾਚਾਰ ਤੇ ਦੱਸਿਆ ਜਾਂਦਾ ਕਿ ਭੁੱਖ ਨੰਗ ਦਾ ਮਾਰਿਆ ਪਾਕਿਸਤਾਨ ਹੈ, ਉਸੇ ਪਾਕਿਸਤਾਨ ਨੇ 30-30 ਰੁਪਏ ਪੈਟਰੋਲ ਡੀਜ਼ਲ ਘਟਾਤਾ ਤੇ ਸਾਡੇ ਵਾਲਿਆਂ ਨੇ 2-2 ਰੁਪਏ ਵਧਾਤਾ। ਸਿਮਰਨਜੋਤ, ਇੱਕ ਬੜੇ ਵੱਡੇ ਮੰਤਰੀ ਨੇ ਆਫ ਦਾ ਰਿਕਾਰਡ ਇੱਕ ਗੱਲ ਕਹੀ ਸੀ ਜਿਹੜੀ ਇੱਥੇ ਤੱਕ ਪਹੁੰਚੀ ਕਿ ਜੇ ਇਹ ਦੁਨੀਆ ਇਹ ਜੇ ਬੰਦੇ ਪੂਰੀ ਉਮਰ ਕੰਮ ਕਰਕੇ 2 ਮਹੀਨੇ ਨਹੀਂ ਕੱਟ ਸਕਦੇ ਤਾਂ 2 ਮਹੀਨੇ ਕੰਮ ਕਰਕੇ ਕੀ ਕਰ ਲੈਣਗੇ। ਪਰ ਉਹਨਾਂ ਨੂੰ ਇਹ ਸਮਝ ਕਿਉਂ ਨਹੀਂ ਆ ਰਹੀ ਕਿ ਇਹ ਮਿਡਲ ਕਲਾਸ ਪਰਿਵਾਰ ਰੋਟੀ ਖਾਣ ਲਈ ਕਮਾ ਰਿਹਾ, ਸੇਵਿੰਗਸ ਕਰਨ ਲਈ। ਸੇਵਿੰਗਸ ਤਾਂ ਦੂਰ ਦੂਰ ਦੀ ਗੱਲ ਹੈ, ਬੜੀ ਦੂਰ ਦੀ ਗੱਲ ਹੈ ਕਿ ਜੇ ਉਹ 4 ਪੈਸੇ ਜੋੜ ਲੈਣ ਤਾਂ। ਬਿਲਕੁਲ, ਪੈਸਾ ਜੁੜਨਾ ਬਹੁਤ ਦੂਰ ਦੀ ਗੱਲ ਹੁੰਦੀ ਹੈ, ਹੈਂਡ ਟੂ ਮਾਊਥ ਬੰਦਾ ਮੋਸਟਲੀ ਲੋਕ ਇਸੇ ਤਰ੍ਹਾਂ ਜ਼ਿੰਦਗੀ ਗੁਜ਼ਾਰਦੇ ਆ। ਕੰਮ ਬੰਦ ਹੋਣ ਤੇ ਉਹਨਾਂ ਕੋਲੇ ਕੋਈ ਬਹੁਤੇ ਪੈਸੇ ਸੇਵਿੰਗ 'ਚ ਨਹੀਂ ਪਏ ਹੁੰਦੇ। ਜੇ ਕਿਸੇ ਦੀ ਕੋਈ ਸੇਵਿੰਗ ਪਈ ਹੁੰਦੀ ਹੈ, ਮਿਸਾਲ ਦੇ ਤੌਰ ਤੇ ਕਿਸੇ ਨੇ ਕੋਈ ਇੰਸ਼ੋਰੈਂਸ ਦੀ ਪਾਲਿਸੀ ਕਰਾ ਰੱਖੀ ਹੈ ਤਾਂ ਕਿ ਉਹ ਟੈਕਸ ਬਚਾ ਸਕੇ, ਕਿਸੇ ਸ਼ਖਸ ਨੇ ਕੋਈ ਮਿਊਚੁਅਲ ਫੰਡ ਦੇ ਵਿੱਚ ਪੈਸਾ ਪਾਤਾ, ਕਿਸੇ ਨੇ ਕੋਈ FD ਕਰਾਤੀ, ਹੁਣ ਉਹ ਖੜੇ ਪੈਰ ਜਾ ਕੇ FD-ਆਂ ਥੋੜੀ ਤੜਾਉਂਦੇ ਫਿਰਦੇ ਆ। ਜੇ ਕੋਈ 2 ਪੈਸੇ ਉਹਨੇ ਜੋੜ ਵੀ ਲਏ ਤਾਂ ਕੋਈ ਗੁਨਾਹ ਥੋੜੀ ਕਰ ਲਿਆ, ਉਹਨੇ ਉਹ FD ਕਰਾਈ ਸੀ, ਉਹ ਤੜਾਊਗਾ ਥੋੜੀ ਹੁਣ ਬੈਂਕ 'ਚੋਂ ਜਾ ਕੇ ਕਿ ਭਾਈ ਕਰੋਨਾ ਆਇਆ ਸੀਗਾ ਮੇਰੇ ਕੋਲੇ ਪੈਸੇ ਮੁੱਕ ਗਏ ਤੇ ਮੈਂ FD ਤੁੜਵਾ ਲਿਆ। ਬੰਦਾ ਬਹੁਤ ਲੰਮਾ ਸੋਚ ਕੇ ਚੱਲਦਾ ਹੈ, ਆਮ ਬੰਦਾ, ਗਰੀਬ ਬੰਦਾ, ਮਿਡਲ ਕਲਾਸ ਬੰਦਾ। ਹੋ ਸਕਦਾ ਉਹਨੇ ਆਪਣੇ ਧੀ ਦੇ ਵਿਆਹ ਲਈ ਜੋੜੇ ਹੋਣ। ਬਿਲਕੁਲ, ਮੈਂ ਉਹੀ ਕਹਿ ਰਿਹਾ, ਪੜ੍ਹਾਈ ਤੋਂ ਬਾਅਦ ਕੰਮ ਖੋਲ ਲੈ, 25 ਸਾਲ ਪਹਿਲਾਂ ਤੋਂ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ। ਜਿਸ ਦਿਨ ਘਰ ਦੇ ਵਿੱਚ ਨਿਆਣਾ ਪੈਦਾ ਹੁੰਦਾ ਉਸੇ ਦਿਨ ਤੋਂ ਇਹ ਸੋਚਦਾ ਕਿ ਇਹਨੂੰ ਪੜਾਉਣਾ, ਲਿਖਾਉਣਾ ਤੇ ਮੈਂ ਵਿਆਹਣਾ, ਤੇ ਉਹ ਸਾਰਾ ਖਰਚੇ ਦੀ ਸੋਚ ਕੇ ਉਹ ਜੇ ਉਹ 2 ਪੈਸੇ ਉਹਨੇ ਕਿਤੇ ਜੋੜ ਰੱਖੇ ਤਾਂ ਹੁਣ ਉਹ 2 ਪੈਸੇ ਆਮ ਖਰਚੇ ਵਾਸਤੇ ਉਹ ਨਹੀਂ ਕੱਢ ਸਕਦਾ। ਕੋਈ ਕਿਸੇ ਨੇ ਸੋਨਾ ਬਣਾਇਆ ਤੇ ਹੁਣ ਉਹ ਜਾ ਕੇ ਵੇਚ ਕੇ ਆਵੇ ਜਾ ਕੇ। ਅਗਲੇ ਕਾਲਰ ਲੈ ਲੈਂਦੇ ਹੋ ਜੀ। ਹਾਂਜੀ, ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਜੋਨਰ ਤੋਂ ਬੋਲਦਾ ਜੀ ਮੈਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਸਰ? ਹਾਂਜੀ, ਪਿੰਡ ਜੋਨ ਵਾਲਾ, ਇੱਥੇ ਸਾਡੇ ਨਾ ਸਕੂਲ ਦੇ ਮੈਸੇਜ ਆਈ ਜਾਂਦੇ ਆ ਫੀਸਾਂ ਦੇ, ਤੇ ਉਹ ਕਰਦੇ ਹੈਗੇ ਜੀ, ਉਹਨਾਂ ਦਾ ਗਰੁੱਪ ਬਣਾਇਆ ਹੋਇਆ, ਉਹਦੇ ਵਿੱਚ ਕੰਮ ਪਾ ਦਿੰਦੇ 8-8 ਦਿਨਾਂ ਦਾ। ਹਾਂਜੀ, ਕਿੱਥੋਂ ਬੋਲ ਰਹੇ ਹੋ? ਹੈਲੋ, ਜੋਨ ਵਾਲੇ ਤੋਂ ਜੀ। ਇਹ ਕਿਹੜੇ ਕਿਹੜੇ ਜ਼ਿਲ੍ਹੇ 'ਚ ਪੈਂਦਾ ਜੀ ਪਿੰਡ? ਫਰੀਦਕੋਟ ਜ਼ਿਲ੍ਹੇ ਦੇ ਪਿੰਡ ਤੋਂ ਬੋਲ ਰਹੇ ਹੋ? ਠੀਕ ਹੈ ਜੀ, ਬਹੁਤ ਧੰਨਵਾਦ ਤੁਸੀਂ ਫੋਨ ਕੀਤਾ। ਸੋ ਲਗਾਤਾਰ ਇਹ ਕਾਲਰ ਕਾਲ ਕਰ ਰਹੇ ਆ, ਪਰ ਓਵਰਆਲ ਪੋਜੀਸ਼ਨ ਜਿਹੜੀ ਜੀ, ਤੁਸੀਂ ਗੱਲ ਸਿਮਰਨਜੋਤ ਨੋਟ ਕੀਤੀ ਹੈ ਕਿ ਮਾਂ ਬਾਪ ਦੇ ਫੋਨ ਆ ਰਹੇ ਨੇ, ਪਰਿਵਾਰ ਜਿਹੜਾ ਸਫ਼ਰ ਕਰ ਰਿਹਾ, ਜਿਨ੍ਹਾਂ ਤੋਂ ਫੀਸਾਂ ਮੰਗੀਆਂ ਜਾ ਰਹੀਆਂ, ਉਹਨਾਂ ਦੇ ਫੋਨ ਆ ਰਹੇ ਨੇ, ਕਿਸੇ ਵੀ ਅਜਿਹੇ ਅਧਿਕਾਰੀ ਦਾ ਫੋਨ ਆਇਆ ਜਿਹੜਾ ਜਸਟੀਫਿਕੇਸ਼ਨ ਦੇਵੇ ਕਿ ਕੋਈ ਕੋਈ ਆਊਗਾ ਹੀ ਨਹੀਂ। ਸੁਮਨ, ਕੋਈ ਨਹੀਂ ਆਊਗਾ ਜੀ। ਕੀ ਨਾਮ ਹੈ ਜੀ ਤੁਹਾਡਾ? ਹੈਲੋ ਜੀ, ਕੀ ਨਾਮ ਹੈ ਤੁਹਾਡਾ? ਗੁਰਚਰਨ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਜੀ? ਮੈਸੇਜ ਕਰ ਰਹੇ ਨੇ ਫੀਸਾਂ ਲਈ, ਸਰਕਾਰ ਪਰ ਕੁਛ ਨਹੀਂ ਕਰ ਰਹੀ ਸਰ, ਇੱਕ ਲਾ ਬਣਾ ਦੇਣਾ ਚਾਹੀਦਾ ਸਰਕਾਰ ਨੂੰ। ਬਿਲਕੁਲ ਠੀਕ, ਮੇਰੀ ਰਾਏ ਹੈ ਸਰਕਾਰ ਨੇ ਲਾ ਬਣਾ ਦੇਣਾ ਚਾਹੀਦਾ ਵੀ ਜਿਹੜੇ ਸਕੂਲ ਮੰਗਦੇ ਨੇ ਉਹਨਾਂ ਦੀਆਂ ਮਾਨਤਾ ਰੱਦ ਕਰ ਦਿੱਤੀਆਂ ਜਾਣ, ਔਰ ਜਾਂ ਕੋਈ ਐਵੇਂ ਦਾ ਕੋਈ ਇਹਨਾਂ ਦੇ ਖਿਲਾਫ਼ ਲਾ ਹੋਣਾ ਚਾਹੀਦਾ। ਕਿਉਂਕਿ ਦੇਖੋ ਜੀ, ਹੁਣ ਮੇਰੇ 3 ਬੱਚੇ ਨੇ, 3 ਬੱਚੇ ਪੜ੍ਹਦੇ ਨੇ, 1-1.5 ਲੱਖ ਰੁਪਏ ਉਹਨਾਂ ਦਾ ਖਰਚਾ ਆਉਂਦਾ ਜੀ, ਔਰ ਮੈਂ ਖੇਤੀਬਾੜੀ ਕਰਦਾ ਜੀ, ਅੱਗੇ ਸਾਨੂੰ ਲੇਬਰ ਦੀ ਪ੍ਰੋਬਲਮ ਆ ਰਹੀ ਹੈ ਜੀ, ਅਸੀਂ ਆਮ ਕਿਸਾਨ ਕਿੱਥੋਂ ਅਸੀਂ ਸਰ ਪੂਰੀਆਂ ਇਹ ਮੰਗਾਂ, ਇਹਨਾਂ ਦੇ ਅਸੀਂ ਪੈਸੇ ਕਿੱਥੋਂ ਭਰਾਂਗੇ। ਬਿਲਕੁਲ ਠੀਕ ਹੈ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਸੋ ਓਵਰਆਲ ਅੱਜ ਇੱਕ ਹੋਰ ਗੱਲ ਹੈ ਕਿ ਅੱਜ ਹਰ ਉਹ ਮਾਂ-ਬਾਪ ਪਰੇਸ਼ਾਨ ਹੈ, ਅੱਜ ਹਰ ਉਹ ਮਾਂ-ਬਾਪ ਨੂੰ ਪਛਤਾਵਾ ਹੈ ਜਿਨ੍ਹਾਂ ਨੇ ਇਹ ਸੋਚਿਆ ਸੀ ਕਿ ਬੱਚੇ ਨੂੰ ਸਰਕਾਰੀ ਨਹੀਂ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਤਾਂ ਕਿ ਫਿਊਚਰ ਬ੍ਰਾਈਟ ਹੋਵੇ, ਤੇ ਆ ਪ੍ਰਾਈਵੇਟ ਸਕੂਲਾਂ ਦੇ ਹਾਲ ਦੇਖ ਕੇ ਉਹਨਾਂ ਨੂੰ ਪਛਤਾਵਾ ਹੋ ਰਿਹਾ ਹੋਣਾ ਕਿ ਅਸੀਂ ਕਿਉਂ ਇੱਡੇ ਵੱਡੇ। ਕੋਈ ਦੋ ਰਾਏ ਨਹੀਂ, ਤੁਸੀਂ ਤਸਵੀਰਾਂ ਦੇਖੀਆਂ ਨੇ ਮੋਹਾਲੀ ਤੇ ਲੁਧਿਆਣਾ ਦੀਆਂ ਵੀ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ।